ਮੇਰੇ ਖਿਆਲ ਨਾਲ ਜੇ ਬਿਮਾਰੀ ਦੇ ਵਿੱਚ ਕੋਮਨ ਸੈਂਸ ਅਸੀਂ ਯੂਜ਼ ਕਰਦੇ ਹਾਂ, ਦੈਟ ਮੀਨਸ ਇਟਸ ਅ ਰੀਅਲੀ ਫੁਲਿਸ਼ ਆਈਡੀਆ। ਕਿਉਂਕਿ ਬਿਮਾਰੀ ਜਿਹੜੀ ਹੈ ਨਾ, ਤੁਸੀਂ ਇਹ ਸੋਚੋ ਕਿ ਲਾਈਫ ਐਂਡ ਡੈਥ ਦੇ ਵਿਚਕਾਰ ਇੱਕ ਖੇਡ ਹੁੰਦਾ, ਹਰ ਵੇਲੇ ਦਾ ਇੱਕ ਲਾਈਫ ਐਂਡ ਡੈਥ ਦੇ ਵਿਚਕਾਰ ਇੱਕ ਟਸਲ ਚੱਲ ਰਹੀ ਹੈ। ਜੇ ਤੁਸੀਂ ਬਿਮਾਰੀ ਤੋਂ ਹਾਰ ਗਏ, ਜਾਂ ਤੁਸੀਂ ਉਹਦਾ ਟ੍ਰੀਟਮੈਂਟ ਨਾ ਕਰਾਇਆ, ਜਾਂ ਤੁਸੀਂ ਉਹਨੂੰ ਡਿਲੇ ਕਰਦੇ ਰਹੇ, ਤਾਂ ਕੋਨਸੀਕੁਐਂਸਿਸ ਤਾਂ ਬਹੁਤ ਹੀ ਖਰਾਬ ਹੋਣ ਵਾਲੇ ਆ। ਹੁਣ ਸੁਸਾਈਡ ਇਜ਼ ਸੋ ਕਾਮਨ, ਸੁਸਾਈਡ ਇੰਨਾ ਜ਼ਿਆਦਾ ਕਾਮਨ ਹੈ ਅੱਜ ਕੱਲ੍ਹ ਕਿ ਹਰ ਕੋਈ ਸੈਕਿੰਡ ਪਰਸਨ ਕੋਈ ਨਾ ਕੋਈ ਅਟੈਂਪਟ ਕਰ ਰਿਹਾ, ਕੋਈ ਨਾ ਕੋਈ ਕੁਛ ਕਰ ਰਿਹਾ, ਬਹੁਤ ਹੀ ਕਾਮਨ ਹੈ। ਪਿੰਡਾਂ ਦੇ ਵਿੱਚ ਮੈਂ ਪੁੱਛ ਕੇ ਦੇਖਿਆ, ਜਿਹੜੀਆਂ ਡਿਪਾਰਟਮੈਂਟ ਹੈਲਥ ਡਿਪਾਰਟਮੈਂਟਸ ਹੈਗੇ ਛੋਟੇ ਛੋਟੇ ਆ, ਸਲਫਾਸ ਪੋਇਜ਼ਨਿੰਗ ਇੰਨੀ ਕਾਮਨ ਹੋਈ ਪਈ ਹੈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ। ਸੋ ਹੈ ਤਾਂ ਡਿਜ਼ੀਜ਼ ਹੈ ਨਾ ਜੀ ਸਾਰੀ, ਇਟਸ ਆਲ ਡਿਜ਼ੀਜ਼, ਐਂਡ ਕੋਮਨ ਸੈਂਸ ਨਾਲ ਡੀਲ ਕਰਨਾ ਕਿਸੇ ਡਿਜ਼ੀਜ਼ ਨੂੰ, ਇਹ ਤਾਂ ਬਹੁਤ ਕ੍ਰਾਈਮ ਹੈ। ਕ੍ਰਾਈਮ ਮੇਰੇ ਹਿਸਾਬ ਨਾਲ ਕਿਸੇ ਟ੍ਰੀਟੇਬਲ ਬੰਦੇ ਨੂੰ ਅਨਟ੍ਰੀਟਡ ਰੱਖਣਾ ਇਹ ਕ੍ਰਾਈਮ ਹੈਗਾ। ਜਿਸ ਚੀਜ਼ ਦਾ ਟ੍ਰੀਟਮੈਂਟ ਹੋਏ ਉਸ ਚੀਜ਼ ਨੂੰ ਨਾ ਟ੍ਰੀਟਮੈਂਟ ਕਰਾਉਣਾ, ਇਟਸ ਅ ਕ੍ਰਾਈਮ। ਕੋਮਨ ਸੈਂਸ ਵੀ ਕੀ ਹੈ, ਚਲਾਕੀ ਵੀ ਕੀ ਹੈ, ਚੁਸਤੀ ਵੀ ਕੀ ਹੈ, ਸਮਾਰਟਨੈਸ ਨਹੀਂ ਹੈਗੀ। ਸਮਾਰਟਨੈਸ ਤਾਂ ਇਹ ਹੁੰਦੀ ਹੈ ਕਿ ਕਿਉਂਕਿ ਇਹ ਜਿਹੜੀ ਡਿਜ਼ੀਜ਼ ਹੈ ਨਾ, ਇਹ ਪ੍ਰਾਈਮਰੀ ਕਰੋਨਿਕ ਪ੍ਰੋਗਰੈਸਿਵ ਫੇਟਲ ਹੈਗੀ ਹੈ, ਹੈ ਨਾ। ਜੇ ਆਪਾਂ ਸੋਚੀਏ ਚਲੋ ਪ੍ਰਾਈਮਰੀ 'ਤੇ ਅਸੀਂ ਉਹਦੇ 'ਤੇ ਹੁਣ ਉਸ ਤੋਂ ਅੱਗੇ ਆ ਗਏ, ਕਰੋਨਿਕ ਹੈ ਕਿ ਇਟ ਇਜ਼ ਏ ਲਾਈਫ ਲੌਂਗ ਪ੍ਰੋਬਲਮ ਹੈ। ਲਾਈਫ ਲੌਂਗ ਪ੍ਰੋਬਲਮ ਨੂੰ ਡੀਲ ਉਸ ਤਰ੍ਹਾਂ ਹੀ ਕਰਨਾ ਚਾਹੀਦਾ ਜਿਸ ਤਰ੍ਹਾਂ ਲਾਈਫ ਲੌਂਗ ਪ੍ਰੋਬਲਮਸ ਨੂੰ ਅਸੀਂ ਡੀਲ ਕਰਦੇ ਹਾਂ। ਹੋਰ ਵੀ ਬੜੀਆਂ ਲਾਈਫ ਲੌਂਗ ਪ੍ਰੋਬਲਮਸ ਹੁੰਦੀਆਂ ਜਿਹਨਾਂ ਨੂੰ ਤੁਸੀਂ ਡੀਲ ਕਰ ਰਹੇ ਹੁੰਦੇ ਹੋ। ਪ੍ਰੋਗਰੈਸਿਵ ਦਾ ਮਤਲਬ ਇਹ ਹੈ ਕਿ ਇਹ 24 ਆਵਰਸ ਗਰੋ ਕਰਦੀ ਹੈ। ਹੁਣ ਮੈਂ ਅੱਜ ਹੀ ਇੱਕ ਪੇਸ਼ੈਂਟ ਨਾਲ ਗੱਲ ਕਰ ਰਿਹਾ ਸੀਗਾ, ਮੰਗਿਆ ਜੇ 24 ਆਵਰਸ ਜਿਹੜੀ ਚੀਜ਼ ਗਰੋ ਕਰਦੀ ਹੈ, ਜੇ ਤੁਸੀਂ ਉਹਦੇ ਵਾਸਤੇ 24 ਆਵਰਸ ਇਨਵੈਸਟਮੈਂਟ ਕਰੋਗੇ, 23 ਆਵਰਸ ਇਨਵੈਸਟਮੈਂਟ ਕਰੋਗੇ, ਦੈਟ ਮੀਨਸ ਯੂ ਆਰ ਲੈਕਿੰਗ ਬਾਈ ਵਨ ਆਵਰ, ਐਂਡ ਵਨ ਆਵਰ ਦੇ ਵਿੱਚ ਜਿਹੜੀ ਡਿਜ਼ੀਜ਼ ਹੈ ਉਹ ਡਿਫੀਟ ਕਰ ਦੇਗੀ ਸਾਨੂੰ। ਹੁਣ ਜੇ ਅਸੀਂ ਲੋਕ ਸੋਚਦੇ ਡਾਕਟਰ ਸਾਹਿਬ ਮੈਂ ਦਿਨ ਰਾਤ ਇੱਥੇ ਕੰਮ ਕਰ ਰਿਹਾ, ਫਿਰ ਤੁਸੀਂ ਓਨਾ ਕੰਮ ਨਹੀਂ ਕਰ ਰਹੇ ਜਿੰਨਾ ਡਿਜ਼ੀਜ਼ ਅੱਗੇ ਵੱਧ ਰਹੀ ਹੈ। ਤੁਸੀਂ ਫਾਈਟ ਕਰਨਾ, ਹੋ ਸਕਦਾ ਤੁਸੀਂ ਪੇਸ਼ੈਂਟ ਦੀ ਡਿਜ਼ੀਜ਼ 24 ਆਵਰਸ ਵੱਧ ਰਹੀ ਹੈ, ਤੁਸੀਂ 24 ਘੰਟੇ ਲਗਾ ਰਹੇ ਹੋ, ਜਿਹੜੇ 15 ਮਿੰਟ ਤੁਸੀਂ ਨਹੀਂ ਲਗਾ ਰਹੇ ਨਾ, ਉਹਦੇ ਵਿੱਚ ਉਹ ਅੱਗੇ ਲੰਘ ਜਾਏਗੀ। ਸੋ ਇਟਸ ਇੱਕ ਤਰ੍ਹਾਂ ਦੀ ਰੇਸ ਹੈ, ਰੇਸ ਅਗੇਂਸਟ ਡਿਜ਼ੀਜ਼ ਕਹਿੰਦੇ ਨਾ, ਰੇਸ ਅਗੇਂਸਟ ਟਾਈਮ, ਇਟ ਇਜ਼ ਅ ਰੇਸ ਅਗੇਂਸਟ ਡਿਜ਼ੀਜ਼। ਐਂਡ ਇਹ ਡਿਜ਼ੀਜ਼ ਜਿਹੜੀ ਹੈ ਇਹ ਕਦੀ ਆਰਾਮ ਨਹੀਂ ਕਰਦੀ। ਤੁਸੀਂ ਸੁੱਤੇ ਹੋ, ਜਾਗਦੇ ਹੋ, ਤੁਸੀਂ ਜੋ ਮਰਜ਼ੀ ਕਰ ਰਹੇ ਹੋ, ਤੁਸੀਂ ਤੁਹਾਡੇ ਬੈਸਟ ਸਰਕਮਸਟਾਂਸਿਸ ਹੋਣ, ਤੁਹਾਡਾ ਬਹੁਤ ਜ਼ਰੂਰੀ ਕੰਮ ਹੋਏ, ਡਿਜ਼ੀਜ਼ ਪ੍ਰੋਗਰੈਸ ਕਰੀ ਜਾ ਰਹੀ ਹੈ। ਹੁਣ ਤੁਸੀਂ ਦੇਖੋ ਕਿ ਜੇ ਅਸੀਂ 24 ਆਵਰਸ ਨਹੀਂ ਕਰ ਸਕਦੇ, ਫਿਰ ਵੀ ਨੀਡ ਟੂ ਹੈਵ ਸਮਾਰਟ ਵੇਜ਼। ਜਿਹੜੀ ਬਿਮਾਰੀ 24 ਆਵਰਸ ਵਾਸਤੇ ਹੈ, ਉਹਦੇ ਵਾਸਤੇ 3-4 ਘੰਟੇ ਦੇ ਵਿੱਚ ਤੁਸੀਂ ਇੰਨੀ ਸਮਾਰਟ ਟ੍ਰੀਟਮੈਂਟ ਕਰੋ ਕਿ ਉਸ ਤੋਂ ਅੱਗੇ ਰਹੋ, ਥੋੜ੍ਹਾ ਜਿਹਾ ਡਿਜ਼ੀਜ਼ ਤੋਂ ਅੱਗੇ ਰਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਹਫ਼ਤੇ ਬਾਅਦ ਕੀ ਹੋਏਗਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 15 ਦਿਨਾਂ ਬਾਅਦ ਕੀ ਪ੍ਰੋਡਿਕਟ ਕਰਦੇ ਹਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਰਿਲੈਪਸ ਹੋਣ ਤੋਂ ਪਹਿਲਾਂ ਕੀ ਹੋਏਗਾ। ਇਹ ਸਾਰੀਆਂ ਚੀਜ਼ਾਂ ਨੂੰ ਥੋੜ੍ਹੀ ਜਿਹੀ ਨਾ ਸਮਝਣ ਦੀ ਲੋੜ ਹੈ। ਯੂ ਕਾਂਟ ਸਿਟ ਵੀ ਮੈਂ ਜੀ ਠੀਕ ਹੋ ਗਿਆ ਸੀਗਾ, ਫਿਰ ਮੈਂ ਦਵਾਈ ਛੱਡਤੀ, ਫਿਰ 3 ਸਾਲ ਹੋ ਗਏ ਮੈਂ ਬਿਲਕੁਲ ਠੀਕ ਠਾਕ ਰਿਹਾ, ਫਿਰ ਉਸ ਤੋਂ ਬਾਅਦ ਮੈਂ ਕਦੀ ਪੁੱਛਿਆ ਹੀ ਨਹੀਂ, ਜਾਂ 3 ਸਾਲਾਂ ਬਾਅਦ ਜਿਹੜਾ ਰਿਲੈਪਸ ਹੋਇਆ ਇਹ ਬਹੁਤ ਜ਼ਬਰਦਸਤ ਹੈ। ਮੈਨੂੰ ਇਹ ਬੜੀ ਮਤਲਬ ਮੈਂ ਨੋਟ ਕਰਦਾ ਰਹਿੰਦਾ ਕਿ ਦੇਖੋ ਕਿੰਨੀ ਜ਼ਬਰਦਸਤ ਬਿਮਾਰੀ ਹੋਏਗੀ ਕਿ ਇੱਕ ਇਨਸਾਨ ਅਲਕੋਹਲ ਲੈ ਰਿਹਾ, ਉਹਦੇ 3 ਫਰੈਂਡਸ ਦੀ ਡੈਥ ਹੋ ਗਈ ਅਲਕੋਹਲ ਲੈਣ ਕਰਕੇ।
ਤੇ ਉਹ ਹਲੇ ਵੀ ਅਲਕੋਹਲ ਲਈ ਜਾ ਰਿਹਾ। ਦੈਟ ਮੀਨਸ ਯੂ ਡਿਜ਼ੀਜ਼ ਇੰਨੀ ਡਰਾਸਟਿਕ ਹੈ, ਇਸ ਤੋਂ ਜ਼ਿਆਦਾ ਡੇਂਜਰਸ ਡਿਜ਼ੀਜ਼ ਹੋ ਸਕਦੀ ਹੈ। ਇੱਕ ਹੋਰ ਡਾਕਟਰ ਦੀ ਫੈਮਿਲੀ ਸੀਗੀ, ਸਰੋਟਿਕ ਲਿਵਰ, ਸਭ ਕੁਝ ਖਤਮ, ਐਂਡ ਡਾਕਟਰ ਹੈਸ ਸੈਡ ਕਿ ਵੀ ਦਾ ਓਨਲੀ ਵੇ ਇਜ਼ ਲਿਵਰ ਟਰਾਂਸਪਲਾਂਟ, ਐਂਡ ਲਿਵਰ ਟਰਾਂਸਪਲਾਂਟ ਤਾਂ ਹੋ ਸਕਦਾ ਜੇ ਇੱਕ ਸਾਲ ਸੋਬਰ ਰਹੇ ਅਤੇ ਲਿਵਰ ਡੋਨਰ ਲੱਭ ਰਹੇ ਹੈ। ਪਰ ਇਹ ਹੈ ਕਿ ਪਹਿਲੀ ਪ੍ਰੀ ਰਿਕੁਇਜ਼ਿਟ ਲਿਵਰ ਟਰਾਂਸਪਲਾਂਟ ਦੀ ਹੈ ਕਿ ਅਸੀਂ ਉਹ ਕਰ ਤਾਂ ਕਰਦੇ ਹਾਂ ਜੇ ਇੱਕ ਸਾਲ ਵਾਸਤੇ ਉਹ ਪੇਸ਼ੈਂਟ ਸੋਬਰ ਰਹੇ। ਉਹ ਇੱਕ ਸਾਲ ਸੋਬਰ ਹੀ ਨਹੀਂ ਰਿਹਾ ਜਾ ਰਿਹਾ, ਐਂਡ ਆਲਮੋਸਟ ਦ ਫੈਮਿਲੀ ਹੈਜ਼ ਬਿਲੀਵਡ ਇਟ ਕਿ ਇਟਸ ਨੋਟ ਗੋਇੰਗ ਟੂ ਬੀ, ਹੀ ਇਜ਼ ਨੋਟ ਸਰਵਾਈਵਿੰਗ। ਹੁਣ ਤੁਸੀਂ ਮੈਨੂੰ ਦੱਸੋ ਕਿ ਇੱਕ ਡਾਕਟਰ ਫੈਮਿਲੀ, ਜੇ ਤੁਸੀਂ ਇੱਥੋਂ ਤੱਕ ਆਪਣਾ ਅਵੇਅਰਨੈਸ ਹੈ ਜਿੱਥੇ ਤੁਸੀਂ ਇੰਨੇ ਪੇਸ਼ੈਂਟ ਰੋਜ਼ ਦੇਖਦੇ ਹੋ, ਤੁਹਾਡੇ ਸਾਹਮਣੇ ਹੈ ਸਰੋਟਿਕ ਲਿਵਰ, ਸਮਝਾਉਣ ਦੀ ਲੋੜ ਹੀ ਕੋਈ ਨਹੀਂ ਹੈ। ਸਰੋਟਿਕ ਲਿਵਰ ਹੋਏ, ਗੈਸਟਰੋਇੰਟੈਸਟਾਈਨਲੋਜਿਸਟ ਵਾਲਾ ਕਹੇ ਕਿ ਬਸ ਇਸ ਤੋਂ ਬਾਅਦ ਲਿਵਰ ਟਰਾਂਸਪਲਾਂਟ ਇਜ਼ ਦਾ ਓਨਲੀ ਸੋਲਿਊਸ਼ਨ, ਫਿਰ ਵੀ ਉਸ ਤੋਂ ਬਾਅਦ ਹੀ ਇਜ਼ ਕੰਟੀਨਿਊਸਲੀ ਡਰਿੰਕਿੰਗ। ਪ੍ਰੋਬਲਮ ਇਹ ਹੈ ਕਿ ਹੀ ਇਜ਼ ਅ ਡਾਕਟਰ ਐਂਡ ਇਜ਼ ਡਰਿੰਕਿੰਗ। ਇਹ ਹੈ ਡਿਜ਼ੀਜ਼। ਅਸਲ ਜਿਹੜਾ ਟ੍ਰੀਟਮੈਂਟ ਦਾ ਕੋਨਸੈਪਟ ਹੈ ਨਾ, ਤੁਸੀਂ ਥੋੜ੍ਹਾ ਜਿਹਾ ਇਹਨੂੰ ਸਮਝੋ ਕਿ ਅਸੀਂ ਇਹ ਕੀ ਕਰਦੇ ਹਾਂ ਐਂਡ ਕਿਸ ਤਰ੍ਹਾਂ ਜਿਹੜੀ ਹੈ ਨਾ ਰਿਕਵਰੀ ਸਟਾਰਟ ਹੁੰਦੀ ਹੈ। ਇੱਕ ਬੜਾ ਬੇਸਿਕ ਪ੍ਰਿੰਸੀਪਲ ਹੈ, ਤੁਸੀਂ ਅੰਡਰਸਟੈਂਡ ਕਰੋ ਕਿ ਦੇਰ ਇਜ਼ ਅ ਡਿਫਰੈਂਸ ਬਿਟਵੀਨ ਗਿਲਟ ਐਂਡ ਸ਼ੇਮ। ਗਿਲਟ ਜਿਹੜੀ ਇਹ ਕਹਿੰਦੀ ਹੈ ਕਿ ਇਹ ਇਨਸਾਨ ਬਹੁਤ ਵਧੀਆ ਪਰ ਇਹਦੇ ਕੋਲੋਂ ਐਕਟ ਖਰਾਬ ਹੋ ਗਿਆ, ਇਹਨੇ ਚੋਰੀ ਕਰ ਲਈ ਹੈ ਪਰ ਇਹ ਚੋਰ ਨਹੀਂ ਹੈ, ਇਹਦੇ ਕੋਲੋਂ ਬਿਮਾਰੀ ਦੇ ਕਰਕੇ ਇਹ ਚੀਜ਼ਾਂ ਹੋ ਗਈਆਂ। ਹੁਣ ਮੇਰੇ 50% ਪੇਸ਼ੈਂਟਸ ਨੇ ਆਪਣੇ ਫਾਦਰ ਦੇ ਉੱਪਰ ਹੱਥ ਚੁੱਕਿਆ ਹੈ ਨਾ, ਅਤੇ ਇਹਨਾਂ ਦੇ 25% ਨੇ ਥ੍ਰੈਟ ਕੀਤਾ ਕਿ ਤੈਨੂੰ ਅਸੀਂ ਕਰਾਂਗੇ। ਇਹਦਾ ਮਤਲਬ 75% ਪੇਸ਼ੈਂਟਸ ਮੇਰੇ ਇੰਟੈਂਸ਼ਨ ਰੱਖਦੇ ਹੈ ਕਿ ਉਹ ਕਦੀ ਨਾ ਕਦੀ ਫਾਦਰ ਦੇ ਉੱਪਰ ਹੱਥ ਚੁੱਕਣਗੇ ਜਾਂ ਉਹਨਾਂ ਨੇ ਚੁੱਕਿਆ ਹੁੰਦਾ, ਰਾਈਟ। ਹੁਣ ਉਹ ਇਹ ਤੁਸੀਂ ਦੇਖ ਲਓ ਕਿ ਇੱਕ ਬੱਚਾ ਜਿਹੜਾ ਆਪਣੇ ਫਾਦਰ 'ਤੇ ਹੱਥ ਚੁੱਕਿਆ ਹੈ ਉਹ ਬਿਮਾਰ ਹੈ, ਉਹਦੀ ਰਿਸਪੈਕਟ ਨਹੀਂ ਘਟਣੀ ਚਾਹੀਦੀ, ਉਹਦਾ ਰਿਗਾਰਡ ਨਹੀਂ ਘਟਣਾ ਚਾਹੀਦਾ। ਅਸੀਂ ਕਹਿੰਦੇ ਹਾਂ ਕਿ ਇਹ ਬੰਦਾ ਬਹੁਤ ਘਟੀਆ ਜੋ ਜਿਹਨੇ ਆਪਣੇ ਫਾਦਰ ਦੇ ਉੱਪਰ ਹੱਥ ਚੁੱਕਿਆ। ਹੁਣ ਜੇ ਅਸੀਂ ਕਹਿੰਦੇ ਹਾਂ ਬੰਦਾ ਘਟੀਆ, ਇਹਦਾ ਮਤਲਬ ਇਹ ਟੌਕਸਿਕ ਸ਼ੇਮ ਹੈ। ਜੇ ਅਸੀਂ ਕਹਿੰਦੇ ਹਾਂ ਬੰਦਾ ਵਧੀਆ ਪਰ ਇਹਦੇ ਕੋਲ ਐਕਟ ਇਹ ਵਾਲੇ ਹੋਏ ਹੈ, ਇਹ ਗਿਲਟ ਹੈ। ਹੁਣ ਸਾਡਾ ਸਾਰਾ ਦਾ ਸਾਰਾ ਜਿਹੜਾ ਟ੍ਰੀਟਮੈਂਟ ਹੈ ਨਾ, ਤੁਸੀਂ ਉਹਦਾ ਦੇਖੋ ਐਕਸਟ੍ਰੈਕਟ ਕੀ ਹੈ ਕਿ ਅਸੀਂ ਟੌਕਸਿਕ ਸ਼ੇਮ ਨੂੰ ਗਿਲਟ ਦੇ ਵਿੱਚ ਚੇਂਜ ਕਰ ਰਹੇ ਹਾਂ। ਟੌਕਸਿਕ ਸ਼ੇਮ ਜਿਹੜੀ ਉਹ ਬੰਦੇ ਨੂੰ ਕਹਿੰਦੀ ਹੈ ਤੂੰ ਪੈਰਾਲਾਈਜ਼ ਹੋ ਜਾ, ਉੱਥੇ ਹੀ ਦਫਨ ਹੋ ਜਾ, ਉੱਥੇ ਹੀ ਖਤਮ ਹੋ ਜਾ, ਅਤੇ ਗਿਲਟ ਕਹਿੰਦੀ ਹੈ ਕਿ ਅੱਗੇ ਵੱਧ, ਇਹਨੇ ਆਪਣੇ ਆਪ ਨੂੰ ਰਿਫੋਰਮ ਕਰ, ਹਾਲੇ ਵੀ ਬਹੁਤ ਕੁਛ ਹੈ ਐਂਡ ਤੂੰ ਸਾਰਾ ਕੁਛ ਟਰਾਂਸਫਾਰਮ ਕਰ ਸਕਦਾ। ਜੇ ਤੁਸੀਂ ਦੇਖੋ ਸਾਡਾ ਇੱਥੋਂ ਦਾ ਪ੍ਰੋਗਰਾਮ, ਖਾਸ ਕਰਕੇ ਜਿਹੜਾ ਹਰਮੀਟੇਜ ਦਾ ਪ੍ਰੋਗਰਾਮ ਹੈ ਨਾ, ਉਹਦੇ ਵਿੱਚ ਅਸੀਂ 100 ਡੇਜ਼ ਦੇ ਵਿੱਚ ਇੱਕ ਚੀਜ਼ ਟਰਾਂਸਫਾਰਮ ਕਰਦੇ ਹਾਂ ਕਿ ਇਨਸਾਨ ਨੂੰ ਇਹ ਨਹੀਂ ਪਤਾ ਲੱਗਦਾ, ਉਹਨੂੰ ਇਹ ਜਿਹੜਾ ਹੁੰਦਾ ਨਾ ਸ਼ੱਕ ਮੈਂ ਚੋਰ ਹਾਂ, ਉਹਦੀ ਜਗ੍ਹਾ 'ਤੇ ਉਹਦੀ ਰਿਪਲੇਸ ਆ ਜਾਂਦੀ ਮੇਰੀ ਬਿਮਾਰੀ ਕਰਕੇ ਮੈਂ ਚੋਰੀ ਕੀਤੀ, ਮੈਂ ਬਿਮਾਰੀ ਕਰਕੇ ਘਰੋਂ 500 ਰੁਪਏ ਕੱਢਿਆ, ਮੈਂ ਬਿਮਾਰੀ ਕਰਕੇ ਐਕਸੀਡੈਂਟ ਕੀਤਾ, ਮੈਂ ਬਿਮਾਰੀ ਕਰਕੇ ਹਿਟ ਐਂਡ ਰਨ ਕੀਤਾ, ਮੈਂ ਬਿਮਾਰੀ ਕਰਕੇ ਆਪਣਾ ਪਾਸਪੋਰਟ ਖੁਆਇਆ, ਮੈਂ ਬਿਮਾਰੀ ਕਰਕੇ ਆਪਣਾ ਲਾਇਸੈਂਸ ਖੁਆਇਆ, ਮੈਂ ਬਿਮਾਰੀ ਕਰਕੇ ਬਲੱਡ ਦੀ ਵੋਮਿਟਿੰਗ ਕੀਤੀ, ਠੀਕ ਹੈ। ਹੁਣ ਤੁਸੀਂ ਦੇਖੋ ਕਿ ਇੰਨਾ ਜਦੋਂ ਫਰਕ ਪਰਸਪੈਕਟਿਵ 'ਚ ਪਏਗਾ ਨਾ, ਤਾਂ ਪੇਸ਼ੈਂਟ ਠੀਕ ਹੋਣ ਵਾਸਤੇ ਹੈ। ਜਿਹੜਾ ਬੰਦਾ ਟੌਕਸਿਕ ਸ਼ੇਮ 'ਚ ਫਸਿਆ ਹੋਇਆ ਨਾ, ਉਹ ਕਦੀ ਵੀ ਠੀਕ ਨਹੀਂ ਹੋ ਸਕਦਾ। ਜਦੋਂ ਕੋਈ ਡਿਸਕਸ਼ਨ ਹੁੰਦੀ ਹੈ ਕੋਮਨ ਸੈਂਸ
ਹੀ ਮੈਂ ਬਿਲੀਵ ਕਰੂੰਗੀ ਇਹਨੂੰ ਕਿ ਜਿੱਦਾਂ ਪੇਸ਼ੈਂਟ ਆ ਜਦੋਂ ਕੰਟਰੋਲਡ ਇਨਵਾਇਰਮੈਂਟ 'ਚ ਹੀ ਰੀਹੈਬ 'ਚ ਰਹਿੰਦਾ ਆ, ਜਦੋਂ ਉਹ ਰੀਅਲ ਲਾਈਫ ਦੇ ਵਿੱਚ ਆਉਂਦਾ ਆ ਉਹਦੇ ਵਿੱਚ ਉਹਦੀ ਅਬਜ਼ੋਰਬੈਂਸ ਕਿੱਦਾਂ ਹੁੰਦੀ ਆ, ਮਤਲਬ ਰੀਅਲ ਲਾਈਫ, ਕਿਉਂਕਿ ਐਕਚੁਅਲੀ ਤਾਂ ਰੀਲੈਪਸਿਸ ਜਿਹੜੀ ਸਾਡੀ ਰੀਅਲ ਲਾਈਫ ਉਹਦੇ 'ਚ ਹੀ ਸਟਾਰਟ ਹੁੰਦੇ ਆ, ਰੀਹੈਬ ਤੋਂ ਬਾਅਦ ਜਦੋਂ ਉਹਦੇ 'ਚ ਆਏਗਾ, ਮਤਲਬ ਪੇਸ਼ੈਂਟ ਨੂੰ ਇਹ ਡਿਫਰੈਂਸ ਸਮਝਾਉਣ ਦੀ ਲੋੜ ਹੈਗੀ ਕਿ ਉਹ ਕੰਟਰੋਲਡ ਇਨਵਾਇਰਮੈਂਟ ਤੇਰੇ ਲਈ ਕਿੰਨਾ ਕੁ ਜ਼ਰੂਰੀ ਆ ਤਾਂ ਕਿ ਤੂੰ ਆਪਣੀ ਲਾਈਫ ਦੇ ਵਿੱਚ ਐਡਜਸਟ ਹੋ ਸਕੇ ਬਾਅਦ 'ਚ। ਬਿਕੋਜ਼ ਪੇਸ਼ੈਂਟ ਇਹ ਸੋਚ ਰਿਹਾ ਕਿ ਮੈਂ ਤਾਂ ਮਤਲਬ ਮੈਂ ਰਹਿਣਾ ਤਾਂ ਇਸੇ ਹੀ ਲਾਈਫ 'ਚ ਆ, ਸੋ ਆਈ ਨੀਡ ਟੂ ਲਰਨ ਕਿ ਮੈਂ ਹੁਣੇ ਹੀ ਮਤਲਬ ਆਪਣਾ ਅਡਿਕਸ਼ਨ ਛੱਡ ਦਿਆਂ। ਬਟ ਉਹ ਕੰਟਰੋਲਡ ਇਨਵਾਇਰਮੈਂਟ ਉਹਦੇ ਲਈ ਕਿਸ ਤਰ੍ਹਾਂ ਲਾਜ਼ਮੀ ਆ ਉਹ ਪਲੀਜ਼ ਮੈਨੂੰ ਆਨਸਰ ਕਰੋ। ਦੇਖੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਬੈਕਗਰਾਊਂਡ ਦੱਸਦਾ, ਸਾਇੰਟੀਫਿਕ ਬੈਕਗਰਾਊਂਡ, ਕਿ ਅਸੀਂ ਬਹੁਤ ਚੀਜ਼ਾਂ ਕਰਨ ਦੀ ਖਾਹਿਸ਼ ਰੱਖਦੇ ਹਾਂ ਪਰ ਅਸੀਂ ਕਰ ਨਹੀਂ ਪਾਉਂਦੇ। ਸਾਡੇ ਅੰਦਰ ਬਹੁਤ ਚੀਜ਼ ਜਜ਼ਬਾ ਬੜਾ ਹੁੰਦਾ, ਬੜਾ ਸਾਡੇ ਅੰਦਰ ਮੋਟੀਵੇਸ਼ਨ ਹੁੰਦੀ ਹੈ, ਮੋਟੀਵੇਟਿੰਗ ਜਿਹੜੇ ਮੋਟੀਵੇਸ਼ਨ ਸਪੀਕਰ ਹੁੰਦੇ ਬਹੁਤ ਅੱਛਾ ਸਾਨੂੰ ਮੋਟੀਵੇਟ ਕਰਦੇ, ਅਸੀਂ ਫਟਾਫਟ ਮੋਟੀਵੇਟ ਹੋ ਜਾਂਦੇ ਹਾਂ, ਪਰ ਡੂ ਯੂ ਥਿੰਕ ਕਿ ਅਸੀਂ ਉਹਨੂੰ ਕੰਟੀਨਿਊ ਕਰ ਪਾਉਂਦੇ ਹਾਂ? ਨਾ ਅਸੀਂ ਡਾਈਟਿੰਗ ਕਰ ਪਾਉਂਦੇ, ਨਾ ਐਕਸਰਸਾਈਜ਼, ਨਾ ਸੈਰ, ਨਾ ਆਪਣੀ ਹੈਲਥ, ਨਾ ਆਪਣੀ ਅਪਬ੍ਰਿੰਗਿੰਗ, ਨਾ ਆਪਣੀ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਅਸੀਂ ਪੂਰੇ ਨਹੀਂ ਉਤਰ ਪਾਉਂਦੇ। ਸੋ ਦੇਰ ਇਜ਼ ਅ ਡਿਫਰੈਂਸ ਬਿਟਵੀਨ ਕਿ ਯੂ ਜਸਟ ਡੋਂਟ ਨੀਡ ਮੋਟੀਵੇਸ਼ਨ, ਤੁਹਾਨੂੰ ਸਿਰਫ ਧੱਕਾ ਹੀ ਨਹੀਂ ਚਾਹੀਦਾ, ਤੁਹਾਨੂੰ ਅੱਗੇ ਟ੍ਰੇਨਿੰਗ ਚਾਹੀਦੀ ਹੈ, ਇੱਕ ਪ੍ਰੋਗਰਾਮ ਚਾਹੀਦਾ ਜਿਸ 'ਚ ਸਕਿੱਲਸ ਹੋਣ, ਕਿਉਂਕਿ ਫਸਟ ਗੇਅਰ ਹੈਗੀ ਹੈ ਚਲੋ ਤੁਸੀਂ ਮੋਟੀਵੇਟ ਹੋਵੋ, ਤੁਸੀਂ ਸ਼ੌਂਕ ਪੈਦਾ ਕਰੋ, ਕੋਈ ਕੰਮ ਕਰੋ। ਸੈਕਿੰਡ ਗੇਅਰ ਕੀ ਹੈ? ਸਕਿੱਲ। ਥਰਡ ਗੇਅਰ ਕੀ ਹੈ? ਅੱਗੇ ਦਾ ਇਨਵਾਇਰਮੈਂਟ। ਫੋਰਥ ਗੇਅਰ ਕੀ ਹੈ? ਤੁਹਾਡਾ ਆਸ ਪਾਸ ਦੇ ਨਾਲ ਲੋਕਾਂ ਦੇ ਨਾਲ ਕਿਹੋ ਜਿਹਾ ਰਿਲੇਸ਼ਨ ਹੈ। ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈ, ਇਹ ਮਿਲ ਕੇ ਮਿਲ ਜੁਲ ਕੇ ਨਾ ਤੁਹਾਨੂੰ ਇੱਕ ਇਨਸਾਨ ਬਣਾਉਂਦੀਆਂ, ਇੱਕ ਚੇਂਜ ਕਰਦੀਆਂ। ਅਤੇ ਜੇ ਤੁਸੀਂ ਬ੍ਰੇਨ ਦੇ ਵਿੱਚ ਦੇਖੋ ਤਾਂ ਇੱਕ ਰਸਤੇ ਪਹਿਲਾਂ ਬਣੇ ਹੁੰਦੇ ਆ, ਉਹ ਪੁਰਾਣੇ ਰਸਤੇ ਦੇ ਉੱਪਰ ਬੰਦਾ ਆਪਣੇ ਆਪ ਚੱਲੀ ਜਾਂਦਾ, ਜਦੋਂ ਬੰਦਾ 100 ਡੇਜ਼ ਦਾ ਪ੍ਰੋਗਰਾਮ ਕਰਦਾ ਨਵੇਂ ਰਸਤੇ ਬਣ ਜਾਂਦੇ ਆ, ਉਹਦੀ ਥੋਟ ਪ੍ਰੋਸੈਸ ਚੇਂਜ ਹੋ ਜਾਂਦਾ। ਤੀਸਰੀ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਕਿ ਐਸੋਸੀਏਸ਼ਨਸ, ਕਿ ਇੱਕ ਇਨਸਾਨ ਹੈ ਜਿਹੜਾ ਘਰ ਦੇ ਵਿੱਚ ਰਹਿ ਕੇ ਡਰਿੰਕਸ ਲੈ ਰਿਹਾ ਜਾਂ ਅਲਕੋਹਲ ਲੈ ਰਿਹਾ, ਉਹ ਜਦੋਂ ਆਪਣੀ ਵਾਈਫ ਨੂੰ, ਬੱਚਿਆਂ ਨੂੰ ਜਾਂ ਕਿਸੇ ਨੂੰ ਦੇਖਦਾ, ਉਹਦੇ ਅੰਦਰ ਉਹ ਟ੍ਰਿਗਰ ਆ ਜਾਂਦਾ, ਉਹਨੂੰ ਆਪਣੇ ਮਦਰ ਜਿਹੜੀ ਟੌਕਸਿਕ ਲੱਗਦੀ ਹੈ, ਵਾਈਫ, ਬੱਚੇ, ਇਨਵਾਇਰਮੈਂਟ, ਘਰ, ਬਾਥਰੂਮ ਸਭ ਟੌਕਸਿਕ ਲੱਗਦਾ। ਤਾਂ ਉਹਦਾ ਇੱਕ ਐਸੋਸੀਏਸ਼ਨ ਬਣਿਆ ਹੋਇਆ, ਜਦੋਂ ਇੱਕ ਚੀਜ਼ ਨੂੰ ਦੇਖਦਾ ਉਹ ਦੂਸਰੀ ਚੀਜ਼ ਨਾਲ ਸਟਾਰਟ ਹੋ ਜਾਂਦੀ ਹੈ। ਸੋ ਜਦੋਂ ਅਸੀਂ 100 ਡੇਜ਼ ਡਿਟੈਚ ਕਰਕੇ ਰੱਖਦੇ ਹਾਂ, ਉਦੋਂ ਕੀ ਕਰਦੇ ਹਾਂ ਕਿ ਅਸੀਂ ਉਹ ਟੌਕਸਿਕ ਜਿਹੜਾ ਐਸੋਸੀਏਸ਼ਨ ਹੈ ਉਹਨੂੰ ਖਤਮ ਕਰਦੇ ਹਾਂ। ਅੱਛਾ, ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਇੱਕ ਚੀਜ਼ ਨਾਲ ਜਦੋਂ ਤੁਸੀਂ ਅਟੈਚ ਹੋ ਜਾਂਦੇ ਹੋ, ਜਿਵੇਂ ਅਸੀਂ ਕਰਦੇ ਹੈ, ਭਾਵੇਂ ਕਰਦੇ ਤੁਹਾਨੂੰ ਰੋਕਦੇ ਪਏ ਆ, ਰਾਈਟ, ਬਟ ਉਹ ਰੋਕਦੇ ਰੋਕਦੇ ਦੇ ਵਿੱਚ ਦੋ ਚੀਜ਼ਾਂ ਕਰੀ ਜਾਂਦੇ, ਇੱਕ ਇਨੇਬਲਿੰਗ ਅਤੇ ਇੱਕ ਪ੍ਰੋਵੋਕਿੰਗ। ਇਨੇਬਲਿੰਗ ਇਸ ਕਰਕੇ ਕਰਦੇ ਆ ਕਿ ਉਹਨੂੰ ਲੱਗਦਾ ਕਿ ਮੈਂ ਇਹਦੀਆਂ ਜੇ ਡਿਊਟੀਆਂ ਕਰ ਦਿਆਂਗਾ, ਮੈਂ ਇਹਦੇ ਵਾਸਤੇ ਝੂਠ ਬੋਲਾਂਗਾ, ਮੈਂ ਇਹਦੇ ਵਾਸਤੇ ਸਾਰੇ ਕੰਮ ਕਰਾਂਗਾ, ਇਹ ਜਿੱਥੇ ਫਸਿਆ ਹੋਏਗਾ ਉਹਨੂੰ ਨਿਕਾਲ ਦਿਆਂਗਾ, ਮੈਂ ਇਹਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੁੱਕਾਂਗਾ। ਇਹ ਰੈਸੀਪ੍ਰੋਕੇਟ ਕਰਕੇ ਇੱਕ ਦਿਨ ਬੰਦਾ ਬਣ ਜਾਏਗਾ ਅਤੇ ਠੀਕ ਹੋ ਜਾਏਗਾ। ਹੁਣ ਇੱਕ ਪੇਸ਼ੈਂਟ ਥੋੜ੍ਹੀ ਠੀਕ ਹੋ ਸਕਦਾ, ਹੁਣ ਤੁਸੀਂ ਪੇਸ਼ੈਂਟ ਨੂੰ ਸਾਰੀਆਂ ਫੈਸਿਲਿਟੀਜ਼ ਦੇ ਦਿਓ, ਪੇਸ਼ੈਂਟ ਕੈਨੋਟ ਰਿਕਵਰ। ਉਹਦੇ ਕਰਕੇ ਵੀ ਹੁੰਦਾ, ਫਿਰ ਇਨਸਾਨ ਨੂੰ ਗੁੱਸਾ ਹੁੰਦਾ ਵੀ ਮੈਂ ਇਹਦੇ ਵਾਸਤੇ ਇੰਨਾ ਕੁਛ ਕੀਤਾ ਅਤੇ ਇਹਨੂੰ ਮੈਂ ਇੱਕ ਗੱਲ ਕਹੀ ਸੀ ਵੀ ਤੂੰ ਪੀਣੀ ਨਹੀਂ, ਇਹ ਫਿਰ ਪੀ ਕੇ ਆ ਗਿਆ, ਜਾਂ ਇਹਨੂੰ ਮੈਂ ਕਿਹਾ ਸੀ ਉਸ ਦੋਸਤ ਨਾਲ ਨਹੀਂ ਮਿਲਣਾ, ਇਹ ਫਿਰ ਉੱਥੇ ਚਲੇ ਗਿਆ। ਉਹ ਬੰਦਾ ਫਿਰ ਪ੍ਰੋਵੋਕ ਕਰਨ ਲੱਗ ਪੈਂਦਾ, ਫਿਰ ਉਹ ਤੈਸ਼ 'ਚ ਆ ਜਾਂਦਾ, ਉਹ ਫਿਰ ਬੇਇੱਜ਼ਤੀ ਪ੍ਰੋਗਰਾਮ ਸਟਾਰਟ ਕਰ ਦਿੰਦਾ। ਹੁਣ ਸਾਡੇ ਪੇਸ਼ੈਂਟ ਨੂੰ ਇਹ ਦੋਨੋਂ ਚੀਜ਼ਾਂ ਬੜੀਆਂ ਸੂਟ ਕਰਦੀਆਂ, ਸਾਡੀ ਡਿਜ਼ੀਜ਼ ਨੂੰ ਦੋਨੋਂ ਚੀਜ਼ਾਂ ਸੂਟ ਕਰਦੀਆਂ, ਕਦੀ ਕੋਈ ਮਤਲਬ ਪ੍ਰੋਵੋਕ ਕਰੇ ਅਤੇ ਕੋਈ ਇਨੇਬਲ ਕਰੇ।
ਐਂਡ ਇਨੇਬਲਿੰਗ ਇੰਨੀ ਜ਼ਬਰਦਸਤ ਚੀਜ਼ ਹੈ ਨਾ, ਬੰਦਾ ਜਿੰਨਾ ਮਰਜ਼ੀ ਆਪਣੇ ਆਪ ਨੂੰ ਰੋਕ ਕੇ ਰੱਖੇ, ਉਹ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਇੱਕ ਸਾਡਾ ਬੌਂਡ ਹੀ ਇਹੋ ਜਿਹਾ ਹੁੰਦਾ ਕਿ ਅਸੀਂ ਦੂਸਰੇ ਵਾਸਤੇ ਕੁਛ ਨਾ ਕੁਛ ਕਰਨਾ ਸ਼ੁਰੂ ਕਰ ਦਿੰਦੇ ਹਾਂ। ਐਂਡ ਇੱਥੇ ਜਿਹੜੀ ਪ੍ਰੋਬਲਮ ਹੈ ਨਾ, ਇਨੇਬਲਿੰਗ ਨੋਰਮਲ ਲਾਈਫ 'ਚ ਹੋਰ ਚੀਜ਼ ਹੈ, ਪਰ ਤੁਸੀਂ ਦੇਖੋ ਕਿ ਜਦੋਂ ਅਸੀਂ ਇਨੇਬਲਿੰਗ ਇਸ ਤਰ੍ਹਾਂ ਦੀ ਕਰਾਂਗੇ, ਇਹਦਾ ਮਤਲਬ ਅਸੀਂ ਉਹਨੂੰ ਨਸ਼ਾ ਕਰਨ 'ਤੇ ਦੁਬਾਰਾ ਤਿਆਰ ਕਰ ਰਹੇ ਹਾਂ, ਜਾਂ ਮਤਲਬ ਅਸੀਂ ਉਹਨੂੰ ਬਿਮਾਰ ਕਰਨ ਦੀ, ਅਸੀਂ ਜਿਹੜੀ ਇਨੇਬਲਿੰਗ ਕਰ ਰਹੇ ਹਾਂ ਨਾ, ਮਦਦ ਕਰ ਰਹੇ ਹਾਂ, ਅਸੀਂ ਉਹਨੂੰ ਦੁਬਾਰਾ ਤੋਂ ਨਸ਼ਾ ਕਰਨ 'ਤੇ ਤਿਆਰ ਕਰ ਰਹੇ ਹਾਂ। ਹੁਣ ਤੁਸੀਂ ਦੇਖੋ ਕਿੰਨੀ ਡੇਂਜਰਸ ਚੀਜ਼ ਹੈ। ਪਹਿਲਾਂ ਅਸੀਂ ਉਹਨੂੰ ਆਪ ਹੀ ਨਸ਼ਾ ਕਰਨ 'ਤੇ ਤਿਆਰ ਕਰ ਰਹੇ ਹਾਂ, ਫਿਰ ਜਦੋਂ ਨਸ਼ਾ ਕਰਦਾ ਤਾਂ ਅਸੀਂ ਪ੍ਰੋਵੋਕ ਕਰ ਰਹੇ ਹਾਂ, ਫਿਰ ਅਸੀਂ ਤੈਸ਼ 'ਚ ਆ ਜਾਂਦੇ ਹਾਂ, ਫਿਰ ਅਸੀਂ ਗੁੱਸਾ ਕਰਦੇ ਹਾਂ, ਗਿਲਾ ਕਰਦੇ ਹਾਂ, ਕਿਉਂ ਕੀਤਾ, ਤੈਨੂੰ ਕਿਹਾ ਸੀਗਾ, ਮੈਂ ਤੇਰੇ ਵਾਸਤੇ ਆਹ ਕੀਤਾ, ਮੈਂ ਤੇਰੇ ਵਾਸਤੇ ਉਹ ਕੀਤਾ, ਵੀ ਉਹ ਵੱਡੀ ਬਿਮਾਰ ਬੰਦਾ। ਅੱਛਾ, ਜਦੋਂ ਅਸੀਂ ਕਹਿੰਦੇ ਹੋ ਨਾ ਕਿ ਇਹ ਮਾੜਾ ਇਨਸਾਨ ਹੈ, ਅਤੇ ਪਤਾ ਨਹੀਂ ਲੋਕ ਇਸ ਚੀਜ਼ ਨੂੰ ਫਿਰ ਗਿਣ ਲੈਂਦੇ ਆ, ਅੱਛਾ ਕੋਈ ਗੱਲ ਨਹੀਂ, ਠੀਕ ਹੋ ਜਾਏਗਾ, ਹੁਣ ਠੀਕ ਕੰਮ ਕਰਨ ਲੱਗ ਪਿਆ। ਪਰ ਇੱਕ ਬਿਮਾਰ ਇਨਸਾਨ ਨੂੰ ਆਪਣੇ ਲਵਡ ਵਨ ਨੂੰ ਬਿਮਾਰ ਮੰਨਣਾ ਬਹੁਤ ਹੀ ਔਖਾ ਕੰਮ ਹੈ, ਹਾਲੇ ਬਿਮਾਰ ਮੰਨਣ ਦੇ ਵਿੱਚ ਬਹੁਤ ਰਾਹਤ ਹੈ, ਵੀ ਇੱਕ ਬਿਮਾਰ ਹੈ, ਇਹਦਾ ਇਲਾਜ ਕਰਨਾ, ਅਤੇ ਬਸ ਹੋਰ ਕੁਛ ਨਹੀਂ ਕਰਨਾ। ਅਤੇ ਜਿਹੜਾ ਇੱਕ ਅਸੀਂ ਕਹਿੰਦੇ ਹਾਂ ਨਾ, ਇਹ ਇਨਸਾਨ ਹੀ ਮਾੜਾ, ਪਰ ਕੋਈ ਗੱਲ ਨਹੀਂ, ਹੁਣ ਇਹ ਵਿੱਚੋਂ ਵਿੱਚੋਂ ਚੰਗੇ ਕੰਮ ਵੀ ਕਰਦਾ, ਉਹ ਇੱਕ ਜਿਹੜੀ ਕਨਫਿਊਜ਼ਨ ਹੈ ਨਾ, ਉਹ ਬੜੀ ਖਰਾਬ ਕਰਦੀ ਸਰ। ਜਦੋਂ ਅਸੀਂ ਕਹਿੰਦੇ ਹਾਂ ਇਨਸਾਨ ਮਾੜਾ, ਜਾਂ ਇਹ ਚੋਰ ਹੈ, ਜਾਂ ਇਹਨੇ ਇਸ ਤਰ੍ਹਾਂ ਕੀਤਾ, ਜਾਂ ਧੋਖੇਬਾਜ਼ ਹੈ, ਜਾਂ ਮੀਸਣਾ, ਫਿਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਬੰਦਾ ਠੀਕ ਹੋ ਜਾਏਗਾ, ਅਸੀਂ ਇਹਨੂੰ ਠੀਕ ਕਰ ਲਾਂਗੇ, ਜਾਂ ਇੱਕ ਦਿਨ ਇਹ ਠੀਕ ਹੋ ਜਾਏਗਾ। ਪਰ ਜਦੋਂ ਅਸੀਂ ਬਿਮਾਰ ਕਹਿੰਦੇ ਹਾਂ, ਫਿਰ ਸਾਨੂੰ 100% ਪਤਾ ਹੁੰਦਾ ਵੀ ਟ੍ਰੀਟਮੈਂਟ ਤੋਂ ਬਗੈਰ ਨਹੀਂ ਠੀਕ ਹੋਏਗਾ, ਬਿਮਾਰੀਆਂ ਤਾਂ ਟ੍ਰੀਟਮੈਂਟ ਮੰਗਦੀਆਂ। ਪਰ ਇਹ ਜਿਹੜਾ ਸ਼ਿਫਟ ਹੈ ਨਾ, ਫਰੋਮ ਕਿ ਮਾੜਾ ਇਨਸਾਨ ਟੋਕਸਿਕ ਹੀਮ, ਦੈਟਸ ਐਗਜੈਕਟਲੀ ਵਟ ਆਈ ਐਮ ਸੇਇੰਗ, ਕਿ ਜਦੋਂ ਅਸੀਂ ਕਹਿੰਦੇ ਹਾਂ ਯਾਰ ਮੇਰਾ ਮੁੰਡਾ ਨਹੀਂ ਚੰਗਾ ਨਿਕਲਿਆ, ਇਹ ਟੋਕਸਿਕ ਹੀਮ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਯਾਰ ਮੇਰਾ ਬੰਦਾ ਬਿਮਾਰ ਹੈ, ਇਹਨੂੰ ਮਦਦ ਦੀ ਲੋੜ ਹੈ, ਇਹਦਾ ਇਲਾਜ ਕਰਾਉਣਾ, ਇਹ ਗਿਲਟ ਆ ਗਈ। ਅਸੀਂ ਕਿੱਥੇ ਚੱਲੇ ਹਾਂ ਜੀ, ਇਲਾਜ ਕਰਾਉਣ ਚੱਲੇ, ਸਾਡੀ ਬੇਟੇ ਦੀ ਮੈਡੀਸਨ ਚੱਲ ਰਹੀ ਹੈ, ਵਟਸ ਅਪ ਬੈਟਰ। ਐਂਡ ਜਿਹੜੇ ਲੋਕਾਂ ਕੋਲੋਂ ਅਸੀਂ ਲੁੱਕ ਰਹੇ ਹੁੰਦੇ ਹਾਂ ਨਾ, ਉਹਨਾਂ ਦਾ ਆਪਣਾ ਵੀ ਕਿਤੇ ਕੋਈ ਨਾ ਕੋਈ ਪੰਗਾ ਹੁੰਦਾ। ਮੈਂ ਕੋਈ ਫੈਮਿਲੀਜ਼ ਨਹੀਂ ਦੇਖੀਆਂ ਜਿਹਨਾਂ ਨੂੰ ਤੁਸੀਂ ਲੁਕਾ ਰਹੇ ਹੋ ਜਿਹਨਾਂ ਕੋਲੋਂ, ਅਤੇ ਉਹਨਾਂ ਦੇ ਆਪਣੇ ਘਰ ਕੋਈ ਪ੍ਰੋਬਲਮ ਨਾ ਹੋਏ, ਉਹਨਾਂ ਦੇ ਘਰ ਵੀ ਪ੍ਰੋਬਲਮ ਹੁੰਦੀ ਹੈ, ਉਹਨਾਂ ਦੇ ਘਰ ਵੀ ਬਿਮਾਰੀ ਚੱਲ ਰਹੀ ਹੁੰਦੀ ਹੈ। ਕੋਈ ਇਹ ਨਹੀਂ ਹੈ ਕਿ ਸਾਰੇ ਲੋਕ ਨਸ਼ਾ ਹੀ ਕਰ ਰਹੇ ਹੁੰਦੇ ਆ, ਉਹ ਕਿਸੇ ਹੋਰ ਬਿਮਾਰੀ 'ਚ ਲੱਗੇ ਹੁੰਦੇ ਆ। ਸੋ ਮੇ ਬੀ ਆਈ ਕੈਨ ਟੈਲ ਯੂ ਕਿ ਸਟੇਟ ਆਫ ਮਾਇੰਡ ਨਾ ਚੇਂਜ ਹੁੰਦੀ ਰਹਿੰਦੀ ਹੈ, ਇੱਕ ਹਫ਼ਤੇ ਬਾਅਦ ਜਿਹੜੀ ਚੀਜ਼ ਸਮਝ ਆਉਂਦੀ ਹੈ, ਇੱਕ ਮਹੀਨੇ ਬਾਅਦ ਉਹ ਚੀਜ਼ ਹੋਰ ਸਮਝ ਆਉਂਦੀ ਹੈ, 2 ਮਹੀਨੇ ਬਾਅਦ ਉਹ ਚੀਜ਼ ਬਿਲਕੁਲ ਡਿਫਰੈਂਟ ਲੱਗਦੀ ਹੈ, 3 ਮਹੀਨੇ ਬਾਅਦ ਉਸੇ ਚੀਜ਼ ਨੂੰ ਤੁਸੀਂ ਡਿਫਰੈਂਟ ਤਰੀਕੇ ਨਾਲ ਪਰਸੀਵ ਕਰਦੇ ਹੋ। ਹੁਣ ਜਿਹੜੀ ਚੀਜ਼ ਮੈਨੂੰ ਕਹਿੰਦੇ ਡਾਕਟਰ ਸਾਹਿਬ ਕਿ ਜੇ ਮੈਂ 40 ਦਿਨਾਂ 'ਚ ਠੀਕ ਹੋ ਗਿਆ ਸੀ, ਭੇਜ ਦਿਓਗੇ? ਹਾਂ, ਮੈਂ ਕਿਹਾ ਜਦੋਂ 40ਵਾਂ ਦਿਨ ਆਏਗਾ ਨਾ ਫਿਰ ਦੇਖਾਂਗੇ। ਹੁਣ ਤੁਸੀਂ ਦੇਖੋ 40ਵਾਂ ਦਿਨ ਜਦੋਂ ਆਏਗਾ ਤਾਂ ਹੀ ਵਿਲ ਬੀ ਅ ਡਿਫਰੈਂਟ ਪਰਸਨ। ਜਦੋਂ ਕਹੇਗਾ ਡਾਕਟਰ ਸਾਹਿਬ ਮੈਂ ਇਸ ਵਾਰੀ ਇੰਨੀ ਮਿਹਨਤ ਕਰੂੰਗਾ, ਮੈਂ ਕਿਹਾ ਹਾਂ ਮਿਹਨਤ ਕਰ, ਮੈਨੂੰ ਫਿਰ 70ਵੇਂ ਦਿਨ ਭੇਜ ਦਿਓਗੇ? ਮੈਂ ਕਿਹਾ ਹਾਂ 70ਵੇਂ ਦਿਨ ਭੇਜ ਦੇਵਾਂ, ਮਿਹਨਤ ਪੂਰੀ ਕਰ। ਹੁਣ ਜੋ 70ਵਾਂ ਦਿਨ ਆਏਗਾ ਤਾਂ ਉਹ ਬੰਦਾ ਕੁਛ ਹੋਰ ਹੋਏਗਾ। ਸੋ ਵੀ ਆਰ ਨੋਟ ਦਾ ਸੇਮ ਐਵਰੀ ਡੇ, ਵੀ ਆਰ ਡਿਫਰੈਂਟ ਐਵਰੀ 24 ਆਵਰਸ, ਬ੍ਰੇਨ ਇਜ਼ ਮੋਲਡਿੰਗ ਲਾਈਕ ਐਨੀਥਿੰਗ, ਇਸ ਤਰ੍ਹਾਂ ਚੇਂਜ ਹੋ ਰਿਹਾ ਨਾ ਫਟਾਫਟ। ਜੇ ਸਾਨੂੰ ਇਹ ਪਤਾ ਲੱਗ ਗਿਆ ਨਾ ਕਿ ਕਿੰਨਾ ਬ੍ਰੇਨ ਚੇਂਜ ਹੋ ਰਿਹਾ, ਅਸੀਂ ਹਰ ਵੇਲੇ ਲਰਨਿੰਗ ਪ੍ਰੋਸੈਸ 'ਚ ਰਹੀਏ, ਇੱਕਦਮ ਮੋਲਡ ਹੋਈ ਜਾ ਰਿਹਾ, ਹੋਈ ਜਾ ਰਿਹਾ, ਹੋਈ ਜਾ ਰਿਹਾ। ਕੋਈ ਔਰਗਨ ਇੰਨਾ ਚੇਂਜ ਨਹੀਂ ਹੋ ਰਿਹਾ ਜਿੰਨਾ ਬ੍ਰੇਨ ਚੇਂਜ ਹੋ ਰਿਹਾ। ਐਂਡ ਯੂ ਕਾਂਟ ਇਮੈਜਿਨ ਕਿ ਬੰਦਾ ਬੈਠਦਾ 1 ਘੰਟੇ ਦੀ ਮੀਟਿੰਗ ਤੋਂ ਬਾਅਦ ਉਹ ਬੰਦਾ ਡਿਫਰੈਂਟ ਹੁੰਦਾ। ਇੱਕ ਬੰਦਾ ਐਂਟਰ ਕਰਦਾ ਸਾਡੇ ਕੋਲ,
ਉਹ ਆਪਣੇ ਪੇਸ਼ੈਂਟ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਰਿਹਾ ਹੁੰਦਾ ਐਂਡ ਵਿਦਇਨ 2 ਡੇਜ਼ ਜਦੋਂ ਇੱਥੇ ਮੀਟਿੰਗ ਅਟੈਂਡ ਕਰਦਾ ਨਾ ਉਹਦੀ ਪੇਸ਼ੈਂਟ ਵਾਸਤੇ ਰਿਸਪੈਕਟ ਅਤੇ ਰਿਗਾਰਡ ਜਾਗ ਪੈਂਦੀ ਹੈ। ਕੋਈ ਗੱਲ ਨਹੀਂ ਯਾਰ ਇਹਨੇ ਕੀਤਾ। ਹੁਣ ਤੁਸੀਂ ਦੇਖੋ ਨਾ ਇੱਕ ਇਨਸਾਨ ਹੈ ਤੁਹਾਡੇ ਘਰ ਆਉਂਦਾ ਜਾਂ ਕਿਸ ਤਰ੍ਹਾਂ ਬੈਠਾ ਹੋਇਆ ਡਰਾਇੰਗ ਰੂਮ 'ਚ ਬੈਠਾ ਉੱਥੇ ਉਹਨੂੰ ਵੋਮਿਟਿੰਗ ਆ ਗਈ ਉਹਨੇ ਉਲਟੀ ਕਰਤੀ ਤੁਸੀਂ ਉਸ ਬੰਦੇ ਨਾਲ ਨਫ਼ਰਤ ਥੋੜ੍ਹੀ ਕਰੋਗੇ ਉਹਦੀ ਵੋਮਿਟਿੰਗ ਆਈ ਹੈ ਨਾ। ਜਾਂ ਇੱਕ ਬੰਦਾ ਓਲਡ ਹੈ ਕਿਤੇ ਤੁਹਾਡੇ ਕੋਲ ਬੈਠਾ ਉਹਨੇ ਉੱਥੇ ਬਾਥਰੂਮ ਕਰਤਾ ਤਾਂ ਤੁਸੀਂ ਉਹਨੂੰ ਖਰਾਬ ਥੋੜ੍ਹੀ ਕਹੋਗੇ ਉਹਦੀ ਰਿਸਪੈਕਟ ਥੋੜ੍ਹੀ ਲੂਜ਼ ਕਰੋਗੇ। ਤੁਸੀਂ ਇਹੀ ਕਹੋਗੇ ਨਾ ਕਿ ਇਹਨੂੰ ਸ਼ਾਇਦ ਡਿਮੈਂਸ਼ੀਆ ਜਾਂ ਇਹਦਾ ਬ੍ਰੇਨ ਡੈਮੇਜ ਹੈ ਜਾਂ ਕਨਫਿਊਜ਼ਨ 'ਚ ਹੈ ਜਾਂ ਇਹਦਾ ਕੋਈ ਸੋਡੀਅਮ ਪੋਟਾਸ਼ੀਅਮ ਘਟਿਆ ਹੋਇਆ ਜਾਂ ਬਲੱਡ ਯੂਰੀਆ ਵਧਿਆ ਜਾਂ ਅਮੋਨੀਆ ਵਧਿਆ ਕੁਛ ਨਾ ਕੁਛ ਤਾਂ ਅਸੀਂ ਲੱਭਾਂਗੇ ਹੀ ਨਾ। ਅਤੇ ਜੇ ਅਸੀਂ ਆਪਣੇ ਪੇਸ਼ੈਂਟ ਪਰ ਇਹ ਸੋਚ ਲਈਏ ਕਿ 100% ਬਿਮਾਰ ਹੈ ਜੀ ਸਿਰਫ ਇਹ ਹੈ ਕਿ ਸਾਡੇ ਕੋਲ ਇੰਨੀ ਹਾਲੇ ਐਡਵਾਂਸਮੈਂਟ ਨਹੀਂ ਆਈ ਕਿ ਅਸੀਂ ਤੁਹਾਨੂੰ ਡੋਪਾਮੀਨ ਲੈਵਲ ਦੱਸ ਸਕੀਏ। ਹਾਂ ਬਾਹਰ ਇਹ ਸ਼ੁਰੂ ਹੋ ਗਿਆ ਸਿਸਟਮ ਸਾਰਾ ਕਿ ਬਟ ਉਹ ਹੈ ਕਿ ਉਹ 0.001% ਵਾਸਤੇ ਸਿਰਫ ਹੈਗਾ ਸੋ ਇਟ ਇਜ਼ ਨੋਟ ਯੂਜ਼ਫੁਲ ਟੂ ਦਾ ਮਾਸਿਸ। ਡੋਪਾਮੀਨ ਲੈਵਲ ਡਿਫਰੈਂਟ ਕੈਮੀਕਲਸ ਹਾਰਮੋਨਸ ਦੇ ਲੈਵਲ ਮਈਅਰ ਹੋਣੇ ਸ਼ੁਰੂ ਸਾਡਾ ਕੰਟਰੀ ਵਾਲੇ ਅਸੀਂ ਇੰਨਾ ਅਫੋਰਡ ਨਹੀਂ ਕਰ ਸਕਦੇ ਨਹੀਂ ਤਾਂ ਚਾਹੀਦਾ ਤਾਂ ਹਰ ਇੱਕ ਦੇ ਲੈਵਲ ਹੋਣੇ ਚਾਹੀਦੇ ਹੈ ਬਟ ਫਿਰ ਵੀ ਜਿੰਨਾ ਸਾਡਾ ਕੋ ਬਣਦਾ ਅਸੀਂ ਉਨਾ ਕੋ ਕਰਾ ਰਹੇ ਹਾਂ ਜਿਵੇਂ ਥਾਇਰਾਇਡ ਦੇ ਲੈਵਲ ਕਰਾ ਲੈਂਦੇ ਹਾਂ ਪ੍ਰੋਲੈਕਟਿਨ ਲੈਵਲ ਕਰਾ ਲੈਂਦੇ ਹਾਂ ਅਸੀਂ ਜਿਹੜੇ ਵੈਲਪ੍ਰਿਨ ਲੈਵਲ ਕਰਾ ਲੈਂਦੇ ਹਾਂ ਲੀਥੀਅਮ ਲੈਵਲ ਕਰਾ ਲੈਂਦੇ ਹਾਂ ਜਿੰਨੇ ਕੋ ਲੈਵਲ ਸਾਡੇ ਪ੍ਰੋਟੈਕਸ 'ਚ ਆ ਅਸੀਂ ਇੰਨੇ ਕਰਾ ਰਹੇ ਹਾਂ ਪਰ ਆਏਗਾ ਇੱਕ ਦਿਨ ਟਾਈਮ ਜਦੋਂ ਸਾਡੀ ਬਾਇਓਕੈਮਿਸਟਰੀ ਦੱਸੇਗੀ ਵੀ ਅੱਛਾ ਇਹ ਚੀਜ਼ ਇੰਨੀ ਹੈ ਇਹ ਚੀਜ਼ ਇੰਨੀ ਹੈ ਅਤੇ ਫਿਰ ਵੀ ਫੈਮਿਲੀ ਹਿਸਟਰੀ ਤਾਂ ਵੀ ਇੰਪੋਰਟੈਂਟ ਰਹੇਗੀ ਜਿਹੜਾ ਤੁਸੀਂ ਸਾਨੂੰ ਦੱਸੋਗੇ ਨਾ ਉਹ ਬਹੁਤ ਇੰਪੋਰਟੈਂਟ ਰਹੇਗਾ ਐਜ਼ ਕੰਪੇਅਰ ਟੂ ਜਿੰਨੇ ਮਰਜ਼ੀ ਟੈਸਟ ਕਰਾ ਲਈਏ। ਹੋ ਸਕਦਾ ਇਹ ਵੀ ਹੋ ਜਾਣ ਟੈਸਟਾਂ 'ਚ ਕੋਈ ਰਿਪੋਰਟ ਹੋਰ ਆਉਂਦੀ ਹੋਵੇ ਸਾਨੂੰ ਬੰਦਾ ਕੁਛ ਹੋਰ ਲੱਗੇ ਸਾਡਾ ਟ੍ਰੀਟਮੈਂਟ ਪਲਾਨ ਡਿਫਰੈਂਟ ਹੋਵੇ ਇਹ ਵੀ ਅਸੀਂ ਕਈ ਵਾਰੀ ਦੇਖਿਆ। ਇੱਕ ਅਟੈਕ ਹੋਇਆ ਬਾਈਪੋਲਰ ਦਾ ਨੈਕਸਟ ਅਟੈਕ ਦੇ ਵਿੱਚ ਸਾਈਕੋਟਿਕ ਪ੍ਰੋਸੈਸ ਆ ਗਿਆ ਥਰਡ ਅਟੈਕ ਦੇ ਵਿੱਚ ਸਸਪੀਸ਼ੀਅਸਨੈਸ ਆ ਗਈ ਫੋਰਥ ਅਟੈਕ ਤੱਕ ਅਸੀਂ ਕਹਿਣਾ ਕਰਤਾ ਇਹ ਸ਼ਾਈਜ਼ੋਅਫੈਕਟਿਵ ਹੈ। ਸੋ ਮਤਲਬ ਯੂਨੀ ਬਿਮਾਰੀਆਂ ਜਿਹੜੀਆਂ ਨਾ ਚੇਂਜ ਵੀ ਹੁੰਦੀਆਂ ਇਹ ਨਹੀਂ ਕੋਈ ਜ਼ਰੂਰੀ ਇੱਕ ਕੰਸੈਂਟ ਹੈ ਇੱਕ ਡਾਇਗਨੋਜ਼ ਲੱਗ ਗਿਆ ਇਹ ਬਾਹਰ ਇੱਕ ਬੜਾ ਨੈਗੇਟਿਵ ਕੰਮ ਹੈ ਉਹ ਇੱਕ ਵਾਰੀ ਕੋਈ ਡਾਇਗਨੋਜ਼ ਲਗਾ ਦਿੰਦੇ ਨਾ ਫਿਰ ਉੱਥੋਂ ਹਿਲਦੇ ਹੀ ਨਹੀਂ ਹੈ ਉਹ ਬਈ ਇਹ ਜਿਹੜਾ ਅਟੈਕ ਹੈ ਕਰੰਟ ਅਟੈਕ ਹੈ ਉਹਦੇ ਵਿੱਚ ਦੇਖੋ ਤੁਸੀਂ ਕੀ ਸਿਮਟਮਸ ਹੈ ਤੁਸੀਂ ਉਹਨੂੰ ਵੀ ਰੱਖੋ ਕੰਸਿਡਰੇਸ਼ਨ 'ਚ ਉਹ ਤੁਹਾਡੀ ਹਿਸਟਰੀ ਹੈ ਬਟ ਜਿਹੜਾ ਇਸ ਕਰੰਟ ਅਟੈਕ ਹੈ ਇਹਦੇ ਵਿੱਚ ਤੁਸੀਂ ਦੇਖੋ ਕੀ ਚੀਜ਼ਾਂ ਆ ਰਹੀਆਂ ਕੋਮਨ ਸੋ ਸਾਡੇ ਮਤਲਬ ਥੋੜ੍ਹਾ ਜਿਹਾ ਅਸੀਂ ਡਿਫਰ ਕਰਦੇ ਹਾਂ ਬਟ ਉਹਦੇ ਨਾਲ ਕੁਛ ਫਾਇਦਾ ਵੀ ਹੈ ਇਹ ਹੁਣ ਜਿਹੜਾ ਅਸੀਂ ਸਿਸਟਮ ਕਰਦੇ ਹਾਂ ਫਰੋਮ ਟੋਕਸਿਕ ਸ਼ੇਮ ਟੂ ਆਪਣਾ ਗਿਲਟ ਇਹ ਅਸੀਂ ਦੇਖੋ ਕਿੰਨਾ ਵੱਡਾ ਪ੍ਰੋਸੈਸ ਹੈ ਹੁਣ ਬਾਅਦ ਦੇ ਵਿੱਚ ਉਹਨਾਂ ਦੇ ਅਨੋਨੀਮਸ ਅਨੋਨੀਮਿਟੀ ਬਈ ਅਨੋਨੀਮਿਟੀ ਨਹੀਂ ਇੰਪੋਰਟੈਂਟ ਹੈ ਬੰਦੇ ਦੀ ਜਾਨ ਇੰਪੋਰਟੈਂਟ ਹੈ ਪ੍ਰਾਈਵੇਸੀ ਨਹੀਂ ਇੰਪੋਰਟੈਂਟ ਹੈ ਬਈ ਅਸੀਂ ਨਹੀਂ ਤਾਂ ਅੱਛਾ ਪਹਿਲਾਂ ਪੁੱਛਾਂਗੇ ਤੇਰੇ ਫਾਦਰ ਨੂੰ ਇਹ ਗੱਲ ਦੱਸੀਏ ਕਿ ਨਾ ਦੱਸੀਏ ਬਈ ਵਟ ਇਜ਼ ਬਲੰਡਰ ਇਟ ਇਜ਼ ਪੇਸ਼ੈਂਟ ਜਿਹੜਾ ਇਨਸੇਨ ਹੈ ਉਹ ਤੁਹਾਨੂੰ ਅਲਾਓ ਕਰੇਗਾ ਕਿ ਮੇਰੇ ਫਾਦਰ ਨੂੰ ਇਹ ਗੱਲ ਦੱਸੋ ਕਿ ਨਾ ਦੱਸੋ ਇੱਕ ਪੇਸ਼ੈਂਟ ਹੈ ਹੁਣ ਤੁਸੀਂ ਪੇਸ਼ੈਂਟ ਕੰਸਿਡਰ ਕਰ ਰਹੇ ਹੋ ਹੁਣ ਪੇਸ਼ੈਂਟ ਤੇ ਹੋ ਸਕਦਾ ਉਹ ਸਾਰੀਆਂ ਗੱਲਾਂ ਹਾਈਡ ਕਰੇ ਬਟ ਤੁਸੀਂ ਉਹਦੇ ਫਾਦਰ ਨੂੰ ਦੱਸੋਗੇ ਤੇ ਉਹ ਜ਼ਿਆਦਾ ਵਿਜੀਲੈਂਟ ਹੋਏਗਾ ਉਹ ਜ਼ਿਆਦਾ ਤਿਆਰ ਹੋਏਗਾ ਇਹਦੇ ਟ੍ਰੀਟਮੈਂਟ ਵਾਸਤੇ ਬਜਾਏ ਕਿ ਤੁਸੀਂ ਪੇਸ਼ੈਂਟ 'ਤੇ ਰਿਲਾਈ ਕਰੋ। ਅੱਛਾ ਹੁਣ ਮੈਂ ਦੇਖਿਆ ਉੱਥੇ ਸਿਸਟਮ ਦੇ ਵਿੱਚ ਹੈ ਕਿ ਘਰਾਂ ਦੇ ਵਿੱਚ ਉਹ ਪੇਸ਼ੈਂਟਸ ਬੰਨਦੇ ਗਏ ਹੈ ਉਹਨਾਂ ਨੇ ਆਪਣੇ ਕੁੰਡੀਆਂ ਲਾਈਆਂ ਹੋਈਆਂ ਐਂਡ ਟੀਮ ਜਾਂਦੀ ਹੈ ਉਹ ਟੀਮ ਨੌਕ ਕਰਕੇ ਆ ਜਾਂਦੀ ਹੈ ਉਹ ਬਾਹਰੋਂ ਨਿਕਲਦੇ ਹੀ ਨਹੀਂ ਉਹ ਫਿਰ ਕਈ ਵਾਰੀ ਤਾਂ ਕੁਛ ਹੋਰ ਰਿਜ਼ਲਟਸ ਆ ਜਾਂਦੇ ਹੈ
ਅਤੇ ਉਹ ਟੀਮ ਰੋਜ਼ ਵਾਪਸ ਆ ਜਾਂਦੀ ਹੈ ਕਿ ਉਹਨਾਂ ਨੇ ਨਹੀਂ ਖੋਲ੍ਹਿਆ, ਜਾਂ ਉਹ ਟੀਮ ਕਹਿ ਕੇ ਆ ਜਾਂਦੀ ਹੈ ਇਹ ਵੀ ਮੈਡੀਸਨ ਖਾ ਲੈ, ਉਹ ਕਹਿੰਦਾ ਮੈਂ ਨਹੀਂ ਖਾਣੀ, ਸੋ ਪੇਸ਼ੈਂਟ ਰਿਫਿਊਜ਼ ਟੂ ਟੇਕ ਮੈਡੀਸਨ। ਦੱਸੋ ਮੈਨੂੰ ਇਹ ਗੱਲ ਸਮਝ ਆਈ? ਇੱਥੇ ਦੇਖੋ ਨਾ ਸਾਡੇ ਕੋਲ ਕਿੰਨਾ ਹੈ, ਪਹਿਲਾਂ ਤਾਂ ਸਾਡੇ ਇਖਤਿਆਰ ਥੋੜ੍ਹੇ ਜਿਹੇ ਜ਼ਿਆਦਾ ਉਹਨਾਂ ਨਾਲ, ਅਸੀਂ ਆਪਣੇ ਇਖਤਿਆਰ ਥੋੜ੍ਹੇ ਜਿਹੇ ਜ਼ਿਆਦਾ ਰੱਖੇ ਹੋਏ ਹੈ ਕਿ ਪੇਸ਼ੈਂਟ ਜਿਹੜੀ ਸਾਡੀ ਰਿਸਪੈਕਟ ਕਰਦਾ ਉਹ ਬਾਹਰ ਰਿਸਪੈਕਟ ਨਹੀਂ ਹੈਗੀ, ਬਾਹਰ ਡਾਕਟਰ ਵਾਸਤੇ ਉਹ ਰਿਸਪੈਕਟ ਨਹੀਂ ਕਰਦੇ ਪੇਸ਼ੈਂਟ ਜਿੰਨਾ ਸਾਡੀ ਰਿਸਪੈਕਟ ਕਰਦੇ। ਮੈਨੂੰ ਨਹੀਂ ਕਦੀ ਪ੍ਰੋਬਲਮ ਆਈ ਕਿ ਆਪਣਾ ਪੇਸ਼ੈਂਟ ਜਿੰਨਾ ਮਰਜ਼ੀ ਵਾਇਲੈਂਟ ਹੋਏ, ਜਿੰਨਾ ਮਰਜ਼ੀ ਕੋਈ ਮਤਲਬ ਡੈਡਲੀ ਹੋਏ, ਕਦੀ ਡਾਕਟਰ ਦੀ ਡਿਸਰਿਸਪੈਕਟ ਨਹੀਂ ਕਰਦੇ। ਇੱਕ ਦਾਇਰਾ ਜਿਹਾ ਰਹਿੰਦਾ ਜਿੱਥੇ ਡਾਕਟਰਸ ਦੀ ਰਿਸਪੈਕਟ ਰਹਿੰਦੀ ਹੈ। ਫਿਰ ਇੱਕ ਇਹ ਬਹੁਤ ਵੱਡਾ ਫੈਕਟਰ ਆ, ਦੂਸਰੀ ਗੱਲ ਹੈ ਕਿ ਤੁਸੀਂ ਸਾਡੀ ਰਿਸਪੈਕਟ ਵਧਾਉਂਦੇ ਹੋ, ਤੁਸੀਂ ਸਾਡੀ ਰਿਸਪੈਕਟ ਵਧਾਉਂਦੇ ਹੋ ਕਿ ਡਾਕਟਰ ਸਾਹਿਬ ਆ ਰਹੇ ਹੈ, ਡਾਕਟਰ ਸਾਹਿਬ ਨੇ ਇਹ ਪੁੱਛਿਆ, ਉਹਨਾਂ ਕੋਲੋਂ ਪੁੱਛ ਕੇ ਕਰਨਾ, ਤੁਸੀਂ ਸਾਡੀ ਰਿਸਪੈਕਟ ਮੇਨਟੇਨ ਰੱਖਦੇ ਹੋ, ਸਾਡਾ ਸਟੇਟਸ ਮੇਨਟੇਨ ਰੱਖਦੇ ਹੋ। ਜਦੋਂ ਸਾਡਾ ਅਤੇ ਮੇਰੇ ਕੌਂਸਲਰ ਦਾ ਸਟੇਟਸ ਮੇਨਟੇਨ ਰਹਿੰਦਾ ਨਾ, ਫਿਰ ਅਸੀਂ ਕਈ ਫੈਸਲੇ ਉਹ ਕਰ ਲੈਂਦੇ ਹਾਂ ਜਿਹੜੇ ਕਿ ਪੇਸ਼ੈਂਟ ਨੂੰ ਵਿਲਿੰਗ ਨਹੀਂ ਹੁੰਦਾ। ਐਵਰੀ ਡੇ ਵੀ ਹੈਵ ਟੂ ਬ੍ਰਿੰਗ ਵਨ ਔਰ ਦਾ ਅਦਰ ਪੇਸ਼ੈਂਟ ਫਰੋਮ ਹੋਮ। ਹੁਣ ਅਸੀਂ ਇਹ ਥੋੜ੍ਹੀ ਹੈ ਵੀ ਅਗਲਾ ਬੰਦਾ ਕੁਛ ਕਰ ਲਏ ਉਹਦਾ ਇੰਤਜ਼ਾਰ ਕਰਦੇ ਰਹੀਏ। ਹੁਣ ਜਿਹੜਾ ਅਸੀਂ ਲਾਸਟ ਪੇਸ਼ੈਂਟ ਲੈ ਕੇ ਆਏ ਉਹ ਥਰਡ ਫਲੋਰ 'ਤੇ ਸੀਗਾ, ਸਾਨੂੰ ਇਹ ਸੀਗਾ ਕਿ ਇਹ ਨਾ ਹੋਏ, ਉਹ ਬੜਾ ਵਿਜੀਲੈਂਟ ਸੀਗਾ, ਬਾਲਕੋਨੀ 'ਚ ਬੈਠਾ ਸੀ, ਕੋਈ ਗੱਡੀ ਤਾਂ ਨਹੀਂ ਆ ਰਹੀ, ਉਹਨੂੰ ਹਰ ਕੋਈ ਗੱਡੀ ਇਹ ਲੱਗ ਰਹੀ ਸੀ ਕਿ ਮੈਨੂੰ ਪਿੱਕ ਕਰਨ ਆ ਰਹੀ ਹੈ। ਉਹ ਫਿਰ ਸਾਡਾ ਪਲੈਨ ਬਿਲਕੁਲ ਡਿਫਰੈਂਟ ਕਰਨਾ ਪਿਆ ਸਾਨੂੰ, ਪਹਿਲਾਂ ਬੇਸਮੈਂਟ 'ਚ ਉੱਥੇ ਲਿਆਉਣਾ ਪਿਆ ਗਰਾਊਂਡ ਫਲੋਰ 'ਤੇ, ਫਿਰ ਸਾਨੂੰ ਟਾਈਮ ਚੂਜ਼ ਕਰਨਾ ਪਿਆ, ਫਿਰ ਸਾਨੂੰ ਇਹ ਡਰ ਸੀਗਾ ਕਿ ਇਹ ਨਾ ਹੋਏ ਕਿ ਸਾਡੀ ਟੀਮ ਜਾਏ ਅਤੇ ਉੱਪਰੋਂ ਉਹ ਜੰਪ ਕਰਦੇ। ਦੇਖੋ ਕਿੰਨੀਆਂ ਚੀਜ਼ਾਂ ਸਾਡੇ ਵਾਸਤੇ ਇੰਪੋਰਟੈਂਟ ਹੈ, ਬਟ ਇਹ ਹੈ ਕਿ ਕਈ ਚੀਜ਼ਾਂ ਸਿਸਟਮ ਅਲਾਓ ਕਰਦੀਆਂ, ਕਈ ਚੀਜ਼ਾਂ ਤੁਹਾਡੇ ਕੋਆਪਰੇਸ਼ਨ ਨਾਲ। ਹੁਣ ਕਈ ਚੀਜ਼ਾਂ ਸਿਸਟਮ ਨਹੀਂ ਅਲਾਓ ਕਰਦੀਆਂ, ਪਰ ਤੁਸੀਂ ਪੇਰੈਂਟਸ ਐਜ਼ ਏ ਸਾਡੀ ਰਿਸਪੈਕਟ ਕਰਦੇ ਹੋ, ਐਂਡ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਡਾਕਟਰ ਹਮੇਸ਼ਾ ਜੈਨੂਅਨਲੀ ਟਰੱਸਟ ਕਰਨ ਵਾਲੀ ਗੱਲ ਹੈ ਕਿ ਇਹ ਸਾਡਾ ਫਾਇਦਾ ਹੀ ਸੋਚੇਗਾ, ਨੁਕਸਾਨ ਨਹੀਂ ਸੋਚੇਗਾ। ਫਿਰ ਉਹ ਚੀਜ਼ਾਂ ਸਾਡੇ ਟਰੱਸਟ ਬੇਸ ਆ ਜਾਂਦੀਆਂ, ਫਿਰ ਅਸੀਂ ਲੋਕਾਂ ਦੀ ਮਤਲਬ ਇੰਨੀ ਪਰਵਾਹ ਨਹੀਂ ਕਰਦੇ, ਕਿਉਂਕਿ ਜਦੋਂ ਟਰੱਸਟ ਬਣ ਜਾਵੇ ਫਿਰ ਗੱਲ ਕੁਛ ਹੋਰ ਹੋ ਜਾਂਦੀ ਹੈ। ਸੋ ਹੁਣ ਤੁਸੀਂ ਸਾਰੀ ਗੱਲ ਦੇਖੋ, ਮੈਂ ਜਿਹੜੀ ਤੁਹਾਨੂੰ ਨਟਸ਼ੈਲ ਗੱਲ ਕਹੀ ਹੈ ਨਾ, ਕਿ ਇਹ ਸਾਰਾ ਦਾ ਸਾਰਾ ਪ੍ਰੋਗਰਾਮ ਟੌਕਸਿਕ ਸ਼ੇਮ ਨੂੰ ਗਿਲਟ ਦੇ ਵਿੱਚ ਚੇਂਜ ਕਰਨ ਦਾ। ਟੌਕਸਿਕ ਸ਼ੇਪ ਕਹਿੰਦੀ ਇਹ ਚੋਰ ਹੈ, ਅਤੇ ਗਿਲਟ ਕਹਿੰਦੀ ਹੈ ਕਿ ਇਹ ਇੱਕ ਇਨਸਾਨ ਹੈ ਜਿਹੜਾ ਭਲਾਮਨ ਇਨਸਾਨ ਹੈ, ਪਰ ਬਿਮਾਰੀ ਦੇ ਇਨਫਲੂਐਂਸ ਦੇ ਅੰਡਰ ਇਹਨੇ ਚੋਰੀ ਕੀਤੀ ਹੈ। ਬਸ ਇੰਨੀ ਗੱਲ ਜਦੋਂ ਸਮਝ ਆ ਜਾਏਗੀ ਨਾ, ਸਾਡੀ ਆਪਣੇ ਪੇਸ਼ੈਂਟ ਵਾਸਤੇ ਰਿਸਪੈਕਟ ਅਤੇ ਰਿਗਾਰਡ ਬਣ ਜਾਏਗੀ, ਐਂਡ ਰਿਸਪੈਕਟ ਅਤੇ ਰਿਗਾਰਡ ਦੇ ਨਾਲ ਅਸੀਂ ਆਪਣੇ ਪੇਸ਼ੈਂਟ ਨੂੰ ਠੀਕ ਕਰ ਲਵਾਂਗੇ। ਪਹਿਲੀ ਤਾਂ ਗੱਲ, ਅਸੀਂ ਵੀ ਸੌਖੇ ਹੋ ਜਾਵਾਂਗੇ, ਦੇਖੋ ਨਾ ਅਸੀਂ ਵੀ ਤਾਂ ਸੌਖੇ ਹੀ ਹਾਂ, ਹੁਣ ਹਮਾਰੀ ਵੀ ਹੀਲਿੰਗ ਹੋਏਗੀ, ਹਮਾਰੇ ਅੰਦਰ ਵੀ ਤਾਂ ਇੱਕ ਟੌਕਸਿਕ ਸ਼ੇਮ ਪੜੀ ਹੈ, ਜਿਸ ਕੀ ਵਜ੍ਹਾ ਸੇ ਹਮਨੇ ਆਪਣਾ ਟ੍ਰੀਟਮੈਂਟ 10 ਈਅਰਸ ਲੇਟ ਕੀਆ। ਹਮ ਆਪਣਾ ਟ੍ਰੀਟਮੈਂਟ ਆਪਣੇ ਬੱਚੇ ਕਾ ਟ੍ਰੀਟਮੈਂਟ 10 ਈਅਰਸ ਲੇਟ ਕਰਤੇ ਹੈ, ਜਸਟ ਬਿਕੋਜ਼ ਆਫ ਵੀ ਆਰ ਸਫਰਿੰਗ ਫਰੋਮ ਟੌਕਸਿਕ ਸ਼ੇਮ। ਲੋਕ ਕਿਆ ਬੋਲੇਂਗੇ, ਆਂਢ ਗੁਆਂਢ ਮੇਂ ਕਿਆ ਹੋਗਾ, ਮੇਰੇ ਸਾਥ ਵਾਲੇ ਕਿਆ ਬੋਲੇਂਗੇ, ਹਮਾਰੀ ਬੇਇੱਜ਼ਤੀ ਹੋ ਜਾਏਗੀ। ਕੋਈ ਬੇਇੱਜ਼ਤੀ ਬੁਜ਼ਤੀ ਨਹੀਂ ਹੈ ਵੀ, ਟ੍ਰੀਟਮੈਂਟ ਹੈ, ਲਾਈਫ ਸੇਵਿੰਗ ਟ੍ਰੀਟਮੈਂਟ ਹੈ। ਅੱਛਾ, ਫਿਰ ਉਸ ਤੋਂ ਬਾਅਦ ਨਾ ਇੱਕ ਹੋਰ ਜਿਹੜੀ ਟ੍ਰੈਜਡਿਕ ਚੀਜ਼ ਜਿਹੜੀ ਸਮਝ ਆਉਂਦੀ ਹੈ ਨਾ, ਜਦੋਂ ਅਸੀਂ ਇੱਥੇ ਆ ਜਾਂਦੇ ਹਾਂ ਨਾ, ਅਸੀਂ ਮੰਨ ਲੈਂਦੇ ਹਾਂ ਟ੍ਰੀਟਮੈਂਟ ਹੈ, ਫਿਰ ਅਸੀਂ ਆਪਣੇ ਤਰੀਕੇ ਨਾਲ ਟ੍ਰੀਟਮੈਂਟ ਸ਼ਾਰਟਕੱਟ ਕਰਨਾ ਚਾਹੁੰਦੇ ਹਾਂ। ਇਹ ਜਿਹੜਾ ਸ਼ਾਰਟਕੱਟ ਕਰਨ ਦਾ ਆਪਣੇ ਅੰਦਰੋਂ ਇੱਕ ਜਨੂੰਨ ਉੱਠਦਾ ਨਾ ਫੈਮਿਲੀਜ਼ ਨੂੰ, ਉਹ ਬਹੁਤ ਡੇਂਜਰਸ ਚੀਜ਼ ਹੈ। ਹਾਂਜੀ, ਉਹ ਕਾਮਨ ਸੈਂਸ ਹੈ। ਹਾਂ, ਹੁਣ ਠੀਕ ਹੋ ਗਿਆ। ਅੱਛਾ, ਘਰ 'ਤੇ ਗੱਲ ਹੀ ਨਹੀਂ ਸੀ ਕਰਦਾ, ਘਰ 'ਤੇ ਸਾਡੇ ਨਾਲ ਕਮਨੀ, ਹੁਣ ਤਾਂ ਇਹਨੇ ਖਾਣਾ ਵੀ ਖਾ ਲਿਆ,
ਵੀ ਖਾਣਾ ਖਾ ਲਿਆ ਇਜ਼ ਅ ਵੈਰੀ ਵੈਰੀ ਸਮਾਲ ਥਿੰਗ ਐਜ਼ ਕੰਪੇਅਰ ਟੂ। ਹੁਣ ਤਾਂ ਰਾਤ ਸਵੇਰ ਦਾ ਟਾਈਮ ਸਿਰ ਉੱਠਿਆ ਹੋਇਆ, ਅੱਜ ਤਾਂ ਇਹਨੇ ਨਹਾ ਵੀ ਲਿਆ ਜੀ। ਹੁਣ ਤੁਸੀਂ ਦੱਸੋ ਕਿਹੜੀ ਮੈਂਟਲ ਸਟੇਟ ਟ੍ਰੀਟਮੈਂਟ ਕਹਿੰਦੀ ਹੈ ਕਿ ਅੱਜ ਉਹਨੇ ਨਹਾ ਲਿਆ ਅਤੇ ਕੱਲ੍ਹ ਨੂੰ ਇਹ ਠੀਕ ਹੋਏਗਾ। ਪਰ ਸਾਡੇ ਨਾਲ ਰੋਜ਼ ਹੁੰਦਾ ਹੈ, ਹਾਂਜੀ ਹਾਂ ਹਾਂਜੀ ਕਹਿੰਦੇ ਬਿਲਕੁਲ। ਫੈਮਲੀ ਕਹਿੰਦੀ ਲੈ ਅੱਜ ਤਾਂ ਇਹਨੇ ਨਹਾ ਲਿਆ, ਅੱਜ ਤਾਂ ਇਹਨੇ ਬਿਜ਼ਨਸ ਡੀਲ ਵੀ ਕਰ ਲਈ, ਜਿਵੇਂ ਤੁਸੀਂ ਕਿਹਾ ਮੈਂ ਤਾਂ ਪੈਸੇ ਕਮਾ ਲਏ ਸਵੇਰੇ ਸਵੇਰੇ ਕਿਹਾ ਸੀ ਨਾ ਤੂੰ, ਮੈਨੂੰ ਲੱਗ ਰਿਹਾ ਸੀ ਬੜਾ ਖਤਰਨਾਕ ਕੰਮ ਹੈ ਵੀ ਇਹਨੇ ਸਵੇਰੇ ਸਵੇਰੇ ਪੈਸੇ ਕਮਾ ਲਏ। ਮੈਂ ਕਿਹਾ ਹਾਲ ਤਾਂ ਮੈਂ ਵੀ ਨਹੀਂ ਕਮਾਏ, ਤੁਸੀਂ ਕਮਾ ਲਏ, ਮਤਲਬ ਮੈਂ ਰਾਊਂਡ 'ਤੇ ਆਇਆ ਹਲੇ। ਇਹ ਕਹਿੰਦੇ ਮੈਂ ਫੋਨ 'ਤੇ ਹੀ ਪੈਸੇ ਕਮਾ ਲਏ। ਹੁਣ ਤੁਸੀਂ ਇਹ ਬਹੁਤ ਵੱਡੀ ਚੀਜ਼ ਹੈ ਜਿਹੜਾ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਫੰਕਸ਼ਨਲ ਅਡਿਕਟ ਹੈ, ਇਹ ਬੰਦਾ ਕੰਮ ਵੀ ਕਰ ਰਿਹਾ ਅਤੇ ਪੈਸੇ ਵੀ ਕਮਾ ਰਿਹਾ ਅਤੇ ਅਡਿਕਟ ਵੀ ਹੈ, ਇਹ ਬਹੁਤ ਖਤਰਨਾਕ ਚੀਜ਼ ਹੈ। ਕਿਉਂਕਿ ਪੈਸੇ ਕਮਾਉਣਾ ਇਜ਼ ਨੋਟ ਅ ਕ੍ਰਾਈਟੀਰੀਆ। ਇੱਕ ਸਾਈਕੈਟ੍ਰਿਕ ਡਿਸਆਰਡਰ, ਇੱਕ ਮੈਂਟਲ ਡਿਸਆਰਡਰ ਵਾਲਾ ਪੇਸ਼ੈਂਟ ਪੈਸੇ ਤਾਂ ਕਮਾ ਹੀ ਸਕਦਾ, ਨੌਕਰੀ ਤਾਂ ਬੜੇ ਆਰਾਮ ਨਾਲ ਕਰ ਸਕਦਾ। ਜਿਹੜਾ ਅਸਲੀ ਇਨਫਲੂਐਂਸ ਪੈਂਦਾ ਨਾ ਉਹ ਰਿਲੇਸ਼ਨਸ਼ਿਪ ਅਤੇ ਹੋਮ ਸਟੇਅ 'ਤੇ ਪੈਂਦਾ। ਮੈਂ ਬਹੁਤ ਸਾਰੇ ਪੇਸ਼ੈਂਟ ਦੇਖੇ, ਉਹਨਾਂ ਦੀ ਮਜਬੂਰੀ ਇੰਨੀ ਹੁੰਦੀ ਹੈ ਕਿ ਉਹਨਾਂ ਨੂੰ ਉਹ ਚੀਜ਼ ਇੰਨੀ ਸ਼ਿੱਦਤ ਨਾਲ ਚਾਹੀਦੀ ਹੁੰਦੀ ਹੈ ਕਿ ਜਿਹਦੇ ਕਰਕੇ ਉਹ ਆਪਣੇ ਆਪ ਨੂੰ 10 ਸਾਲ ਤੱਕ ਫੰਕਸ਼ਨਲ ਰੱਖ ਸਕਦੇ ਹੈ। ਕਿਉਂਕਿ ਉਹਨਾਂ ਦੀ ਜਿਹੜੀ ਕਲੈਵਰਨੈਸ ਹੈ ਨਾ, ਚਲਾਕੀਆਂ ਚੁਸਤੀਆਂ ਚਤਰਾਈਆਂ, ਉਹ ਵਿਜ਼ਡਮ ਦੇ ਨਾਲ ਮਿਲ ਜਾਂਦੀਆਂ ਆਪਸ ਦੇ ਵਿੱਚ ਨਾ, ਸਿਆਣਪ ਨਾਲ ਮਿਲ ਜਾਂਦੀਆਂ। ਅਤੇ ਉਹ ਵਿਜ਼ਡਮ ਅਤੇ ਚਲਾਕੀਆਂ ਚੁਸਤੀਆਂ ਦੇ ਨਾਲ ਆਪਣੀ ਲਾਈਫ ਨੂੰ ਮੇਨਟੇਨ ਕਰੀ ਰੱਖਦਾ ਅਤੇ ਕੁਛ ਨਾ ਕੁਛ ਪੈਸੇ ਕਮਾਈ ਜਾਂਦਾ ਤਾਂ ਕਿ ਲੋਕ ਉਹਨੂੰ ਉਸ ਚੀਜ਼ ਤੋਂ ਲੈਣ ਤੋਂ ਰੋਕਣ। ਇੱਕ ਬੜਾ ਜ਼ਬਰਦਸਤ ਫਿਲਮ ਹੈ, ਇਹ ਸਮਝਣ ਦੀ ਲੋੜ ਹੈ। ਕਿਉਂਕਿ ਸਾਡੇ ਪੇਸ਼ੈਂਟ ਹੁੰਦੇ ਜੀਨੀਅਸ ਅਤੇ ਉਹਨਾਂ 'ਚ ਆ ਜਾਂਦੀ ਚਲਾਕੀ ਚੁਸਤੀ। ਹੁਣ ਚਲਾਕੀ ਚੁਸਤੀ ਦੇ ਨਾਲ ਉਹਨਾਂ ਨੇ ਉਹ ਚੀਜ਼ ਲੈਣੀ ਹੁੰਦੀ ਹੈ, ਫਿਰ ਉਹਨਾਂ ਨੇ ਤੁਹਾਡੇ ਸਾਰਿਆਂ ਤੋਂ ਬਚਾਉਣੀ ਹੁੰਦੀ ਹੈ, ਫਿਰ ਉਹਨਾਂ ਨੇ ਉਹ ਪ੍ਰਕਿਓਰ ਕਰਨੀ ਛੁਪਾਉਣੀ, ਫਿਰ ਉਹਨਾਂ ਨੇ ਉਹਦੇ ਬਾਵਜੂਦ ਕੰਮ 'ਤੇ ਵੀ ਜਾਣਾ। ਅਤੇ ਸਾਰਾ ਏਮ ਇਹ ਹੁੰਦਾ ਕਿ ਇਸ ਤਰੀਕੇ ਨਾਲ ਪ੍ਰੋਡਕਟਿਵ ਲਾਈਫ ਜੀ ਜਾਏ ਤਾਂ ਕਿ ਲੋਕ ਇਹ ਨਾ ਕਹਿ ਸਕਣ ਵੀ ਤੂੰ ਤਾਂ ਬਿਮਾਰ ਹੈ। ਕਿਉਂਕਿ ਬਿਮਾਰੀ ਦਾ ਟੈਗ ਤੁਹਾਨੂੰ ਕੀ ਕਹਿੰਦਾ ਕਿ ਤੁਹਾਨੂੰ ਕੰਮ 'ਤੇ ਜਾਣ ਵਾਸਤੇ ਐਲੀਜੀਬਲ ਨਹੀਂ ਕਰਦਾ। ਸੋ ਇਸ ਕਰਕੇ ਜਿਹੜੇ ਫੰਕਸ਼ਨਲ ਅਡਿਕਟ ਹੁੰਦੇ ਆ ਨਾ, ਉਹ ਉਹਨਾਂ ਦੀ ਸਿਰਫ ਪੁਰਾਣੀ ਜੀਨੀਅਸਨੈਸ ਹੁੰਦੀ ਹੈ ਅਤੇ ਚਲਾਕੀਆਂ ਚੁਸਤੀਆਂ 'ਤੇ ਜਿਹੜਾ ਹੁਨਰ ਆ ਜਾਂਦਾ ਨਾ, ਇਹ ਕਰਨ ਦਾ, ਉਹ ਚੀਜ਼ਾਂ ਕਰਨ ਦਾ ਜਿਹੜਾ ਕੋਈ ਨਹੀਂ ਕਰ ਸਕਦਾ, ਉਹ ਫਿਰ ਉਹ ਚੀਜ਼ਾਂ ਕਰ ਲੈਂਦੇ ਜਿਹੜਾ ਕੋਈ ਨਹੀਂ ਕਰ ਸਕਿਆ ਹੁੰਦਾ। ਮਤਲਬ ਅਨਇਮੈਜਨੇਬਲੀ ਮੈਜੀਕਲ ਥਿੰਗਸ, ਇੰਨੀ ਅਚੀਵਮੈਂਟ ਕਰਨੀ, ਨਸ਼ਾ ਕਰਕੇ ਜਾਣਾ, ਐਡਾ ਜ਼ਬਰਦਸਤ ਭਾਸ਼ਣ ਦੇਣਾ ਕਿ 1000 ਬੰਦਾ ਕਲੈਪ ਕਰਨ ਲੱਗ ਪਏ, ਤੁਸੀਂ ਉਹਨੂੰ ਕੀ ਕਹੋਗੇ? ਜੇ ਤੁਸੀਂ ਗੁਰਬਾਣੀ 'ਚ ਗੱਲ ਕਰੋ ਤਾਂ ਉਹ ਗੁਰਬਾਣੀ ਐਡੀ ਜ਼ਬਰਦਸਤ ਸੁਣਾਉਣੀ। ਜੇ ਉਹਨਾਂ ਨੂੰ ਕਰੋ ਕੰਮ ਬਾਰੇ ਗੱਲ ਕਰੋ, ਉਹਨੂੰ ਕਹੋ ਜੀ ਮੈਨੂੰ ਤਾਂ ਸਾਰੇ ਰੂਲਸ ਪਤਾ, ਇਹ ਇਸ ਹਾਈ ਕੋਰਟ 'ਚ ਇਸ ਵੇਲੇ ਇਹ ਰੂਲ ਆਇਆ ਸੀ, ਇਹਦੇ ਇਹ ਰੂਲ ਆਇਆ ਸੀਗਾ, ਤੁਸੀਂ ਕੀ ਕਹੋਗੇ, ਕਿੱਥੇ ਜਾਓਗੇ? ਜੇ ਤੁਸੀਂ ਨਸ਼ਾ ਦੀ ਗੱਲ ਕਰੋ, ਉਹਨੂੰ ਸਾਰੀ ਮਤਲਬ PhD ਕੀਤੀ ਹੁੰਦੀ ਹੈ, ਨਹੀਂ ਨਹੀਂ ਇਹ ਨਹੀਂ ਖਤਰਨਾਕ ਹੁੰਦਾ, ਇਹ 'ਚ 300 ਹੁੰਦੇ ਆ, ਇਹਦੇ 'ਚ ਕੋਈ ਕੈਂਸਰਸ ਨਹੀਂ ਹੁੰਦਾ, ਇਹਨੂੰ ਇਸ ਤਰੀਕੇ ਨਾਲ ਕਰੋ ਫਿਰ ਕੋਈ ਕੁਛ ਨਹੀਂ ਹੁੰਦਾ, ਜੇ ਇਹ ਅਤੇ ਇਹ ਦੋਵੇਂ ਇਕੱਠੇ ਕਰਦੀ ਹੈ ਤਾਂ ਫਿਰ ਪ੍ਰੋਬਲਮ ਕੋਈ ਨਹੀਂ ਆਉਂਦੀ, ਐਂਗਜ਼ਾਇਟੀ ਵੀ ਖਤਮ ਹੋ ਜਾਂਦੀ ਹੈ। ਜੇ ਨਾਲ ਲੋੜ ਪਵੇ ਤਾਂ ਫਿਰ ਇੱਕ ਵਾਰੀ ਮੈਡੀਸਨ ਕਰਾ ਲਓ, ਫਿਰ ਜੇ ਇਸ ਤੋਂ ਬਾਅਦ ਵੀ ਲੋੜ ਪਵੇ ਤਾਂ ਇੱਕ ਅੱਧਾ ਡੀਟੌਕਸ ਕਰਾ ਲਓ। ਮੇਰੀ ਫੈਮਿਲੀ ਨੇ ਵੀ ਆਪਣੇ ਪੇਸ਼ੈਂਟ ਵੀ PhD ਕਰੀ ਹੋਤੀ ਹੈ। ਹਮਾਰੀ ਮੇਰੇ ਕੋ ਇੱਕ ਵਾਰ ਇੱਕ ਫੈਮਿਲੀ ਇੱਕ ਵਾਈਫ ਕਹਿਤੀ ਕਿ ਮੈਮ ਆਪ ਨਹੀਂ ਜਾਣਤੇ, ਮੈਂ ਆਪਣੇ ਹਸਬੈਂਡ ਪੇ PhD ਕਰ ਸਕਤੀ ਹੂੰ, ਲਿਖ ਸਕਤੀ ਹੂੰ, ਥੀਸਿਸ ਲਿਖ ਸਕਤੀ ਹੂੰ। ਮੈਨੂੰ ਕਹਾ ਜੀ ਆਪ ਥੀਸਿਸ ਲਿਖ ਸਕਤੇ ਹੋ ਮਗਰ ਇਹ ਬਿਮਾਰੀ ਹੈ ਉਸਕਾ ਇਲਾਜ ਤੋ ਨਹੀਂ ਕਰ ਸਕਤੇ ਨਾ, ਤੋ ਇਹ
ਸੇਮ ਚੀਜ਼ ਫੈਮਲੀ ਮੇਂ ਵੀ ਰਨ ਹੋਤੀ ਹੈ। ਮੇਰੇ ਖਿਆਲ ਨਾਲ ਤੁਸੀਂ ਥੀਸਿਸ ਨਹੀਂ ਕਰ ਸਕਦੇ, ਤੁਸੀਂ ਪੀਐਚਡੀ ਕੀ ਕਰੋਗੇ ਉਸ ਤੌਰ ਤੋਂ ਅੱਗੇ, ਫਿਰ ਵੀ ਇੱਕ ਪੀਐਚਡੀ ਕਰਕੇ ਬੈਠੇ। ਉਹਨੇ ਡਬਲ ਪੀਐਚਡੀ ਕੀਤੀ ਹੋਈ, ਡਬਲ ਪੀਐਚਡੀ ਕੀਤੀ ਹੋਈ, ਕਿਉਂਕਿ ਉਹਦੀ ਜ਼ਰੂਰਤ ਤੌਰ ਤੋਂ ਬਹੁਤ ਜ਼ਿਆਦਾ, ਉਹਦੀ ਸ਼ਿੱਦਤ ਇੰਨੀ ਹੈ ਕਿ ਉਹਦੇ ਅੰਦਰ ਮੋਟੀਵੇਸ਼ਨ, ਉਹਦੇ ਅੰਦਰ ਲਰਨਿੰਗ, ਉਹਦੀ ਕਪੈਸਿਟੀ, ਉਹਨੂੰ ਪਹਿਚਾਣਾ, ਉਹਨੂੰ ਛੁਪਾਉਣਾ, ਉਹਨੂੰ ਹੰਡਾਉਣਾ, ਅਤੇ ਫਿਰ ਕੰਮ 'ਤੇ ਵੀ ਜਾਣਾ ਅਤੇ ਪੈਸੇ ਵੀ ਕਮਾ ਕੇ ਲਿਆਉਣੇ ਅਤੇ ਪ੍ਰੋਡਕਟਿਵ ਲੱਗਣਾ, ਸਟੇਬਲ ਲੱਗਣਾ, ਉਹ ਤਾਂ ਬਹੁਤ ਕੁਛ ਕਰ ਰਿਹਾ, ਉਹ ਤਾਂ ਬਹੁਤ ਕੁਛ ਕਰ ਰਿਹਾ ਹਾਂਜੀ। ਹਾਂ, ਜਗਲਿੰਗ ਸਰਵਾਈਵਲ ਮੈਕਨਿਜ਼ਮ ਹੈ ਉਹਦੇ ਅੰਦਰ, ਅਤੇ ਉਹਨੂੰ ਸਾਹ ਦੇ ਨਾਲ ਰਿਲੇਟ ਹੈ, ਤੁਸੀਂ ਕਿੰਨਾ ਕਰ ਲਓਗੇ, ਤੁਸੀਂ ਜਿੰਨਾ ਮਰਜ਼ੀ ਕਰ ਲਓ ਉਹਦੇ ਨਾਲ ਨਹੀਂ ਇਕੁਏਟ ਕਰ ਸਕਦੇ। ਬਟ ਇਹ ਹੈ ਕਿ ਜੇ ਫੈਮਿਲੀ ਪੇਸ਼ੈਂਟ ਤੋਂ ਥੋੜ੍ਹਾ ਜਿਹਾ ਅੱਗੇ ਰਹੇਗੀ ਨਾ, ਤਾਂ ਯੂ ਕੈਨ ਨੈਵਰ ਸਫਰ। ਬਸ ਤੁਹਾਡਾ ਸਿਰਫ ਇੱਕੋ ਹੀ ਹੈ ਕਿ ਆਪਣੀ ਟ੍ਰੇਨਿੰਗ ਪ੍ਰੋਗਰਾਮ ਨੂੰ, ਪੇਸ਼ੈਂਟ ਦੀ ਟ੍ਰੇਨਿੰਗ ਪ੍ਰੋਗਰਾਮ, ਪੇਸ਼ੈਂਟ ਦੀ ਜਿਹੜੀ ਚਲਾਕੀ ਚੁਸਤੀ ਚਤਰਾਈ ਹੈ ਨਾ, ਉਸ ਤੋਂ ਥੋੜ੍ਹਾ ਜਿਹਾ ਅੱਗੇ ਰੱਖੋ, ਉਹਦੀ ਬਿਮਾਰੀ ਨੂੰ ਥੋੜ੍ਹਾ ਜਿਹਾ ਪਛਾੜ ਕੇ ਰੱਖੋ। ਇਹ ਤੁਹਾਨੂੰ ਕਰਨਾ ਹੀ ਪੈਣਾ, ਦੇਰ ਇਜ਼ ਨੋ ਅਦਰ ਵੇ। ਐਂਡ ਇਹ ਜੇ ਤੁਸੀਂ ਕਹੋ ਕਿ ਹਾਰਡ ਵਰਕ ਨਾ ਕਰ ਸਕਦੇ ਹੋ, ਨਹੀਂ, ਸਮਾਰਟ ਵਰਕ ਨਾ ਕਰ ਸਕਦੇ ਹੋ, ਸਕਿੱਲ ਸਿੱਖ ਸਕਦੇ ਹੋ। ਹਾਂ, ਫਿਰ ਇਹਨੇ ਜੇ 5 ਦਿਨਾਂ ਬਾਅਦ ਕੋਈ ਨੁਕਸਾਨ ਕਰਨਾ, 5 ਦਿਨ ਪਹਿਲਾਂ ਇਹਨੇ ਤੁਹਾਨੂੰ ਕੀ ਕਹਿਣਾ? ਇਹ ਜਦੋਂ ਤੁਹਾਨੂੰ ਕਹਿ ਰਿਹਾ ਹੈ ਕਿ ਮੇਰੇ ਆਫਿਸ ਦੇ ਵਿੱਚ ਮੇਰੀ ਜਿਹੜੇ ਬਾਕੀ ਦੇ ਮੇਰੇ ਕੁਲੀਗਸ ਹੈ ਉਹ ਮੈਨੂੰ ਅੱਛਾ ਨਹੀਂ ਸਮਝਦੇ, ਇਹਦਾ ਮਤਲਬ ਤੁਸੀਂ ਕੀ ਕਰਨਾ? ਕੁਲੀਗ ਨਹੀਂ ਖਰਾਬ ਹੈਗੇ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਆਪਣੇ ਅੰਦਰੋਂ ਬਿਮਾਰੀ ਭੁੰਗ ਰਹੀ ਹੈ। ਉਹ ਪੇਸ਼ੈਂਟ ਆਇਆ ਅਤੇ ਉਹਨੇ ਮੇਰੇ ਨਾਲ ਇਸ ਤਰ੍ਹਾਂ ਬਿਹੇਵ ਕੀਤਾ, ਜਾਂ ਉਹ ਬੰਦਾ ਮਿਲਿਆ, ਮੈਂ ਉੱਥੇ ਸ਼ੋਪਿੰਗ ਕੰਪਲੈਕਸ ਗਿਆ, ਉਹਨੇ ਮੇਰੇ ਨਾਲ ਇਸ ਤਰ੍ਹਾਂ ਬਿਹੇਵ ਕੀਤਾ, ਇਹਦਾ ਮਤਲਬ ਹੈ ਕੁਛ। ਜੋ ਅਸੀਂ ਇਹ ਚੀਜ਼ਾਂ ਕੱਢੋਗੇ ਨਾ, ਫਿਰ ਇੱਕ ਸਿੰਪਲ ਜਿਹੀ ਗੱਲ ਤੁਹਾਨੂੰ ਦੱਸਦਾ, ਸਾਡਾ ਪੇਸ਼ੈਂਟ ਜਦੋਂ ਨੈਗੇਟਿਵ ਚੀਜ਼ਾਂ ਨੂੰ ਉੱਪਰ ਲਿਆਉਣ ਲੱਗ ਪਏ ਅਤੇ ਪੋਜ਼ਿਟਿਵ ਚੀਜ਼ਾਂ ਨੂੰ ਥੱਲੇ ਛੁਪਾਉਣ ਲੱਗ ਪਏ, ਇਹਦਾ ਮਤਲਬ ਉਹਦੀ ਬਿਮਾਰੀ ਵੱਧ ਰਹੀ ਹੈ। ਜੇ ਤੁਸੀਂ ਪੇਸ਼ੈਂਟ ਨੂੰ ਪੁੱਛੋ ਨਾ ਵੀ ਹਾਂ ਕੋਈ 5 ਗੱਲਾਂ ਦੱਸੋ ਮੈਨੂੰ ਕਿਸੇ ਜਗ੍ਹਾ 'ਚ, ਇੱਥੇ ਇਹ ਨਹੀਂ ਠੀਕ ਹੈ, ਸਿਸਟਮ ਨਹੀਂ ਠੀਕ, ਪੋਲੀਟਿਕਸ ਨਹੀਂ ਠੀਕ, ਸਾਰੇ ਵਰਡ ਦੇ ਵਿੱਚ ਵਰਡ ਬਾਰ ਲੱਗਣ ਵਾਲੀ ਹੈ, ਇੱਥੇ ਆਹ ਨਹੀਂ ਠੀਕ, ਇੱਥੇ ਹੋਰ ਨਹੀਂ ਠੀਕ, ਜੇ ਤੁਹਾਨੂੰ 5 ਗੱਲਾਂ ਗੁਣਾ ਦਿੰਦਾ ਨਾ, ਤਾਂ ਇੱਕ ਵੀ ਪੋਜ਼ਿਟਿਵ ਗੱਲ ਨਹੀਂ ਕਹਿੰਦਾ, ਇਹਦਾ ਮਤਲਬ ਹੈ ਕਿ ਕਾਫ਼ੀ ਬਿਮਾਰ ਹੈ, ਇਹ 100% ਬਿਮਾਰ ਹੈ। ਐਂਡ ਤੁਹਾਨੂੰ ਵੀ ਉਹ ਲੌਜਿਕ ਲੱਗਣਗੇ, ਹਾਂ ਵਾਕਈ ਗੱਲ ਤਾਂ ਠੀਕ ਹੈਗੀ, ਪਰ ਉਹ ਕਿਉਂ ਤੁਹਾਨੂੰ 5 ਗੱਲਾਂ ਨੈਗੇਟਿਵ ਸੁਣਾ ਰਿਹਾ? ਕਿਉਂਕਿ ਉਹਨੂੰ ਪਰਸੈਪਸ਼ਨ ਹੀ 5 ਗੱਲਾਂ ਨੈਗੇਟਿਵ, ਉਹਨੂੰ ਆਸ ਪਾਸ ਸਿਰਫ ਨੈਗੇਟਿਵ ਦਿਸਦਾ ਪਿਆ, ਹਰ ਬੰਦੇ ਦੇ ਵਿੱਚ ਉਹਨੂੰ ਨੈਗੇਟਿਵਿਟੀ ਦਿਸਣ ਡਈ, ਖਾਸ ਕਰਕੇ ਫਾਦਰ ਮਦਰ ਤੇ ਵਿਚਾਰੇ, ਮਤਲਬ ਖਾਸ ਕਰਕੇ ਫਾਦਰ, ਸਭ ਤੋਂ ਪਹਿਲੀ ਨੈਗੇਟਿਵਿਟੀ ਬੇਟੇ ਨੂੰ ਨਾ ਆਪਣੇ ਫਾਦਰ ਨਾਲ। ਤੇ ਲੋਕ ਬਿਲੀਵ ਕਰਦੇ, ਅੱਛਾ ਵੀ ਤੇਰਾ ਪਿਓ ਨੇ ਇਸ ਤਰ੍ਹਾਂ ਕੀਤਾ ਤੇਰੇ ਨਾਲ, ਓਕੇ, ਤੈਨੂੰ ਇਹ ਨਸ਼ੇ ਦੀ ਆਦਤ ਤਾਂ ਲੱਗੀ ਕਿਉਂਕਿ ਤੇਰੇ ਫਾਦਰ ਨੇ ਤੇਰੇ ਨਾਲ ਇਹ ਕੀਤਾ। ਹੁਣ ਤੁਸੀਂ ਦੇਖੋ ਨਾ ਕੋਰਿਲੇਟ ਕਿੰਨਾ ਕਰਦੇ ਲੋਕ, ਉਹ ਫਿਰ ਕੋਮਨ ਸੈਂਸ ਹੀ ਪਾ ਗਏ ਨਾ, ਉਹਨਾਂ ਨੇ ਇਹ ਹੀ ਕਿਹਾ ਕਿ ਬਿਮਾਰ ਹੋ ਗਿਆ, ਉਹਨਾਂ ਨੇ ਕਿਹਾ ਛੋ ਤੇਰੇ ਫਾਦਰ ਨੇ ਇੰਨਾ ਤਸ਼ੱਦਦ ਕੀਤਾ ਤੇਰੇ ਨਾਲ, ਇੰਨਾ ਸਟ੍ਰਿਕਟ ਰਿਹਾ, ਤੈਨੂੰ ਇੰਨਾ ਤੰਗ ਕੀਤਾ ਬਚਪਨ 'ਚ। ਉਹ ਵਿਚਾਰਾ ਰੋਜ਼ ਛੱਡਣ ਜਾਂਦਾ ਰਿਹਾ, ਲੈਣ ਜਾਂਦਾ ਰਿਹਾ, ਪੜ੍ਹਾਈਆਂ ਕਰਾਉਂਦਾ ਰਿਹਾ, ਫੀਸਾਂ ਉਤਾਰਦਾ ਰਿਹਾ, ਆਪਣੀ ਮਿਹਨਤ ਕਰਕੇ ਪੈਸਾ ਕਮਾਉਂਦਾ ਰਿਹਾ, ਉਹ ਸਾਰੀਆਂ ਚੀਜ਼ਾਂ ਭੁੱਲ ਗਈਆਂ। ਜਿੱਦਣ ਬਿਮਾਰ ਹੋਇਆ ਉਦਣ ਡਾਕਟਰ ਕੋਲ ਲੈ ਕੇ ਗਿਆ, ਮੈਡੀਸਨ ਖਵਾਈਆਂ, ਦਿਨ ਰਾਤ ਜਾਗਿਆ, ਉਹ ਸਾਰੀਆਂ ਚੀਜ਼ਾਂ ਭੁੱਲ ਗਈਆਂ, ਜਿਹੜੀਆਂ ਉਹ 4-5 ਚੀਜ਼ਾਂ ਰਹਿ ਗਈਆਂ। ਉਹਨੇ ਮੈਨੂੰ ਧੱਕਾ ਮਾਰਿਆ ਸੀ, ਉਹਨੇ ਮੈਨੂੰ ਇੱਕ ਵਾਰੀ ਆਹ ਕਿਹਾ ਸੀਗਾ, ਉਹਨੇ ਮੈਨੂੰ ਇੱਕ ਵਾਰੀ ਕਿਹਾ ਸੀਗਾ ਪਹਿਲਾਂ ਜਾਂ ਨਾ ਕਿਹਾ ਫਿਰ ਤੈਨੂੰ ਦਿੰਦੀ, ਬਸ ਇਹੋ ਜਿਹੀਆਂ ਚੀਜ਼ਾਂ ਯਾਦ ਰੱਖਣੀਆਂ। ਅੱਜ ਮੇਰੀ ਫੈਮਿਲੀ ਨੇ ਜੋ ਇੱਕ ਫੈਮਿਲੀ ਨੇ ਡਿਸਚਾਰਜ ਲਿਆ, ਉਹ ਆਪਣੇ ਕੋਮਨ ਸੈਂਸ ਕੇ ਬੇਸਿਸ ਪੇ ਦਿਆ, ਜਬ ਹਮਨੇ ਕਨਫਰਮ ਕਰਾ ਕਿ ਸੁਸਾਈਡਲ ਹੈ,
तो उन्होंने बोला नहीं कोई बात नहीं, हम ध्यान रख लेंगे। जब हमने बोला कि ये डिप्रेशन का केस बन रहा है, कोमॉर्बिडिटी है, तो उन्होंने बोला नहीं नहीं वो तो अभी घर में डेथ हुई थी ना उसकी वजह से। सो एवरी डायग्नोसिस जो बनाया एक क्लिनिकल साइकोलॉजिस्ट ने, साइकैट्रिस्ट ने, उसको उन्होंने मतलब एकदम रिफ्यूट करा। दैट इज़ व्हाट वी आर सेइंग कि एक प्रोफेशनल के पास आप आए हैं फिर भी आप अपने तरीके से प्रिस्क्रिप्शन बना रहे हैं, दैट इज़ कॉमन सेंस। हाँ जी, किसी का कोई शेयरिंग, कोई कॉमन सेंस इज नॉनसेंस कहते हैं, अनकॉमन है, मुझे लगता है हमारी फील्ड में तो बहुत ज्यादा कॉमन है कॉमन सेंस। हाँ जी, मैं सर दी गल ना रिलेट कर रही सी। सर कह रहे सी ना पेशेंट की कहंदा है की बोलदा है। पिछले कोई कुछ दिनों तो मेरा पेशेंट ना फ्रीक्वेंटली सर घर जा रहे है, तुहानूं पता ही है मम्मा कोल, ते हर वारी आके ना मैनूं कहंदे मैं बहुत इरीटेट होया मम्मा दी इस गल ना, मैं बहुत इरीटेट होया। ते मैं सर कल मैं उन्हां नूं पुछया, मैं कहा मम्मा ते ओही ने तुसीं रिकवरी च सिखिया ना, ते तुहानूं अपने ते काम करना पवेगा। इरीटेशन वी ओह है, उन्हां दी नेचर वी ओही है, उन्हां दा टॉन्टिंग वे ना गल करना भी उही है, उहदे च कुछ चेंज नहीं होया 4 ईयर्स च, ते तुसी ते चेंज होए हो ना 4 ईयर्स च, ते किवें भुल गए तुसी। मैं कहा तुसी अपने आप नूं अपने ते काम करो, तुहानूं अपने ते काम करन दी जरूरत है। मतलब मैं उस चीज़ नूं कैच अप कर लिया कि ये हर वारी आके मैनूं नैगेटिव दे रहे हैं कि मैं इरीटेट हुंदा जांदा, ते पर चलो जाना मजबूरी है। सो सर मतलब सानूं ना पेशेंट दी कई हर गल जिहड़ा है ना उहनूं फोकस करना बहुत जरूरी है की कह रहा है। जिस तरह हुण ऑफिस नूं लैके उह खुश ने, उहनां दी सीट चेंज हो गई है, थोड़ा रिलैक्स वाली सीट मिल गई है, कहिंदे मैं बहुत रिलैक्स हाँ। मैं कहा ठीक है, इट्स ओके, अपने ते काम करो, रिलैक्स होकर काम करो, हुण बर्डन लैण दी लोड़ नहीं है। पर छोटी छोटी गल्लां जिहड़ियां ना सारियां सर फोकस करनियां पैंदियां, पेशेंट कह की रहा है ते कित्थों कह रहा है। श्योरली जी, श्योरली, क्योंकि साढ़े पेशेंट की फस्ट साइन इतों ही होना है कि उन्होंने नैगेटिव परसैप्शन मिलनी है, जब अपने काम चो या घर चो, जो बाहर होएगा तो घर बारे गल करेगा, जो घर च होएगा तो बार बारे गल करेगा, जो हॉस्पिटल होएगा तो हॉस्पिटल दी गलतियां कटेगा, जो रीहैब होएगा तो उतों दी गलतियां कटेगा। साढ़े पेशेंट नूं असीं फोन कराने ना तो वो पांच गल्लां कर रहा था, पांच दी पांच, मैनू अज जिहड़ा एग मिलिया वो हाफ बॉइल्ड सीगा, मैं दो एग्स की भुख सी, मैं एक एग लिया, परौंठा जिहड़ा सीगा वो एक पास्यों सुक्का सीगा, ते मैं अच्छा चलो मैं मदर कोल पुछया, मैं कहा मैनूं दस्सो कोई पॉजिटिव गल कही, कहिंदे नहीं कोई पॉजिटिव गल नहीं कही, कॉकरोच सीगे। मैं कहा अच्छा चलो ठीक है, असीं कॉकरोच का भी कर सकते हैं, असीं सब चीज़ों का कर सकते हैं, मतलब ये तो कोई प्रॉब्लम नहीं है, सारा कुछ तो चलता ही पिया उत्थे ट्रीटमेंट। बट ये है कि मैं तो सिर्फ ये देखना चाहुंदा कि पेशेंट ने कोई काम की गल, तुसीं ये कोई गल के फिर आपां फैमिलीज़ की पुछते हैं, तेरा दिल लग गया, तेरा मन हुण लग गया, तेन रोटी ठीक मिलती है, तेरा ख्याल ठीक रखा जाता है, तेरा जिहड़ा बंदा सौंदा वह किहो जिहा बंदा है, कौन कौन तेरा ख्याल रखता है, तेरी गल सुनी जाती है, तेरी इंडिविजुअल काउंसलिंग होंगी कि नहीं होंगी। जो तो असं इस तरह दल्ल पूछते हैं तो पेशेंट की कहेगा तुम कि मैं बहुत सौखा, मैं बहुत उत्थे इंजॉय कर रहा, फन कर रहा, मैनू खाना बहुत वधिया मिलता, कभी नहीं कहेगा। पेशेंट तुम पूछना तो यह पुछो अच्छा की सीख्या की है, तुम अज के दिन की सीख्या, अज डॉक्टर साहब का लैक्चर सेगा उत्थे की होया डिस्कस, अच्छा उस तो बाद सारा दिन कि प्रोग्राम्स हुई, वो सारिया चीज़ा पेशेंट को पुछो भी अच्छा तेरे नाल दे बंदियां ने की किया, तुसी अज कट्ठे बैठ के की डिस्कस किया, तुहाडा जिहड़ा साइकोड्रामा सी उहदे च तू की रोल किया, मतलब यह चीज़ा पुछण वालियां। जो तू शाम नू बास्केटबॉल खेलदा तो इंजॉय करदा कि नहीं करदा,
ਮਤਲਬ ਆਹ ਚੀਜ਼ਾਂ ਹੈਗੀਆਂ ਨਾ ਜਿਹੜੀਆਂ ਅਸੀਂ ਦੇਖਦੇ ਹਾਂ, ਪਰ ਇਹ ਪੇਸ਼ੈਂਟ ਦੇ ਵਾਸਤੇ ਗੱਲ ਨਹੀਂ ਹੈ। ਸੋ ਜੇ ਕੋਮਨ ਸੈਂਸ ਨੂੰ ਆਪਾਂ ਚੇਂਜ ਕਰਨਾ ਨਾ, ਤਾਂ ਥੋੜ੍ਹੀਆਂ ਜਿਹੀਆਂ ਚੀਜ਼ਾਂ 'ਤੇ ਧਿਆਨ ਰੱਖੋ। ਸਭ ਤੋਂ ਪਹਿਲਾਂ ਥੋਟ 'ਤੇ, ਵੀ ਉਹਦਾ ਸੋਚ ਕਿਸ ਤਰ੍ਹਾਂ ਦੀ ਹੈ, ਕਿਉਂਕਿ ਇੱਕ ਇਨਸਾਨ ਦੀ ਸੋਚ ਦੱਸਦੀ ਹੈ ਕਿ ਉਹ ਕਿੰਨਾ ਬਿਮਾਰ ਹੈ। ਉਹਦੀ ਓਬਸੈਸਿਵ ਸੋਚ ਹੈ, ਉਹਦੀ ਨੈਗੇਟਿਵ ਸੋਚ ਹੈ, ਉਹਦੀ ਪੋਜ਼ਿਟਿਵ ਸੋਚ ਹੈ, ਉਹ ਆਪਣੀ ਸੋਚ ਦੇ ਵਿੱਚ ਕਿਸ ਤਰ੍ਹਾਂ ਦੇ ਇਜ਼ਹਾਰ ਕਰਦਾ, ਕਿਉਂਕਿ ਉਹ ਸੋਚ ਜਿਹੜੀ ਅੰਦਰੋਂ ਆ ਰਹੀ ਹੈ ਉਹਦੇ ਬ੍ਰੇਨ ਨੂੰ ਰਿਫਲੈਕਟ ਕਰ ਰਹੀ ਹੈ। ਫਿਰ ਦੂਸਰਾ ਉਹਦਾ ਰੱਖੋ ਕਿ ਉਹਦਾ ਮੂਡ ਕਿਹੋ ਜਿਹਾ ਹੈ, ਉਹ ਚਿੜਿਆ ਚਿੜਿਆ ਜਿਹਾ, ਗੁੱਸੇ 'ਚ ਹੈ ਕਿ ਖੁਸ਼ ਹੈ, ਜਾਂ ਮਤਲਬ ਥੋੜ੍ਹਾ ਨੋਰਮਲ ਲੱਗ ਰਿਹਾ। ਜੇ ਉਦਾਸ ਵੀ ਹੈ ਤਾਂ ਤੁਹਾਨੂੰ ਕਿੰਨਾ ਕੁ ਰਿਪ੍ਰਜੈਂਟ ਕਰ ਰਿਹਾ, ਇੱਕ ਪ੍ਰਪੋਰਸ਼ਨ ਤੋਂ ਵੱਧ ਉਦਾਸੀ ਦਿਖਾ ਰਿਹਾ ਕਿ ਨੋਰਮਲ ਉਦਾਸੀ ਦਿਖਾ ਰਿਹਾ, ਉਹ ਮੂਡ ਦਾ ਦੇਖੋ। ਥਰਡ, ਉਹਦਾ ਬਿਹੇਵੀਅਰ ਜ਼ਰੂਰ ਦੇਖੋ, ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਕਿ ਕਹਿ ਭਾਵੇਂ ਜੋ ਮਰਜ਼ੀ ਆਪਣੀ ਰੂਟੀਨ ਫੋਲੋ ਕਰ ਰਿਹਾ, ਸਾਰਾ ਦਿਨ ਸਾਰੀਆਂ ਕਲਾਸਿਸ ਅਟੈਂਡ ਕਰ ਰਿਹਾ, ਸਾਰਾ ਦਿਨ ਆਪਣੇ ਆਪ ਨੂੰ ਰਿਕਵਰੀ ਦੇ ਵਿੱਚ ਕਿੰਨੀ ਦੇਰ ਰੱਖਦਾ, 3 ਘੰਟੇ ਲਗਾਉਂਦਾ, 4 ਘੰਟੇ ਲਗਾਉਂਦਾ, ਜਾਂ ਆਪਣੇ ਰਿਕਵਰੀ ਦੀ ਕਾਪੀ ਕਦੀ ਖੋਲ੍ਹਦਾ, ਜਾਂ ਕਦੀ ਵੀਡੀਓ ਸੁਣਦਾ, ਇਹ ਸਾਰੀਆਂ ਚੀਜ਼ਾਂ ਬਿਹੇਵੀਅਰ 'ਚ ਨੋਟ ਕਰਨ ਵਾਲੀਆਂ। ਫਿਰ ਇਹ ਦੇਖੋ ਕਿ ਉਹਦਾ ਇਨਵਾਇਰਮੈਂਟ ਕਿਸ ਤਰ੍ਹਾਂ ਦਾ, ਉਹਨੂੰ ਕਿਸ ਤਰ੍ਹਾਂ ਦੇ ਫੋਨ ਆਉਂਦੇ ਆ, ਉਹਨੂੰ ਕਿਹੋ ਜਿਹੇ ਲੋਕ ਕੋਂਟੈਕਟ ਕਰਦੇ ਆ, ਉਹ ਰਾਤ 6 ਵਜੇ ਤੋਂ ਲੈ ਕੇ 12 ਵਜੇ ਤੱਕ ਕਿੱਥੇ ਰਹਿੰਦਾ। ਇਹ ਸਭ ਤੋਂ ਇੰਪੋਰਟੈਂਟ ਫੈਕਟਰ ਹੈ ਕਿ ਰਾਤ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਉਹ ਕਿੱਥੇ ਰਹਿੰਦਾ ਅਤੇ ਕਿੱਥੇ ਪਾਇਆ ਜਾਂਦਾ। ਉੱਥੋਂ ਪਤਾ ਲੱਗ ਜਾਂਦਾ ਕਿ ਸਾਡੇ ਬ੍ਰੇਨ ਦੀ ਮੈਂਟਲ ਸਟੇਟ ਕਿਸ ਤਰ੍ਹਾਂ ਦੀ ਹੈ, ਕਿਉਂਕਿ ਸਲਿਪਰੀ ਟਾਈਮ ਹੁੰਦਾ, ਸਲਿਪਰੀ ਪਲੇਸਿਸ, ਸਲਿਪਰੀ ਟਾਈਮ, ਸਲਿਪਰੀ ਜਿਹੜੀਆਂ ਚੀਜ਼ਾਂ ਟੋਕ ਹੈ, ਇਹਨਾਂ ਤੋਂ ਕਿਸ ਤਰ੍ਹਾਂ ਬਚ ਕੇ ਰਹਿਣਾ, ਟੀ ਵੀ ਪ੍ਰੋਗਰਾਮ, ਮੂਵੀਆਂ ਕਿਹੋ ਜਿਹੀਆਂ ਦੇਖਦਾ, ਬਿਹੇਵੀਅਰ ਇਹ ਤੋਂ ਪਤਾ ਲੱਗ ਜਾਂਦਾ। ਫਿਰ ਇਨਵਾਇਰਮੈਂਟ ਦੇਖ ਲਿਆ ਤੁਸੀਂ, ਫਿਰ ਇੱਕ ਸਿਮਟਮਸ ਦੇਖਦੇ ਰਹੋ ਕਿ ਅੱਜ ਕੱਲ੍ਹ ਪੇਸ਼ੈਂਟ ਨਹਾਉਂਦਾ ਪਿਆ, ਅੱਜ ਕੱਲ੍ਹ ਪੇਸ਼ੈਂਟ ਬੈੱਡ 'ਚ ਬੈਠਿਆ ਰਹਿੰਦਾ, ਅੱਜ ਕੱਲ੍ਹ ਪੇਸ਼ੈਂਟ ਕੋਈ ਆਪਣੇ ਰੂਟੀਨ ਨੂੰ ਫੋਲੋ ਕਰਦਾ ਨਹੀਂ ਕਰਦਾ, ਉਹਦੇ ਸਿਮਟਮਸ ਦੇਖਦੇ ਰਹੋ, ਉਹ ਕਿਤੇ ਉਦਾਸ ਕਿੰਨਾ ਕੁ ਹੈ, ਤੁਹਾਡੇ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ। ਜੇ ਤੁਹਾਨੂੰ ਕੋਈ ਸਿਮਟਮ ਪੋਜ਼ਿਟਿਵ ਲੱਗਦਾ ਤਾਂ ਆ ਕੇ ਇੱਥੇ ਆਪਣੇ ਥੈਰਾਪਿਸਟ ਨੂੰ ਦੱਸੋ। ਇਹ 5-6 ਚੀਜ਼ਾਂ ਜਿਹੜੀਆਂ ਨਾ ਤੁਹਾਨੂੰ ਨੋਟਿਸ ਕਰਨੀਆਂ ਆਪਣੀਆਂ ਜ਼ਰੂਰੀ ਹੈ, ਜ਼ਿਆਦਾ ਨਹੀਂ ਹੈ। ਥੋਟ ਪ੍ਰੋਸੈਸ, ਮੂਡ ਪ੍ਰੋਸੈਸ, ਬਿਹੇਵੀਅਰ, ਉਸ ਤੋਂ ਬਾਅਦ ਇਨਵਾਇਰਮੈਂਟ ਅਤੇ ਸਿਮਟਮਸ, ਬਸ ਇਹ ਚੀਜ਼ਾਂ ਦਾ ਧਿਆਨ ਰੱਖੋ, ਜਿਹਨੂੰ ਅਸੀਂ ਸ਼ੋਰਟ ਦੇ ਵਿੱਚ CBT ਕਹਿੰਦੇ ਹਾਂ। ਸੋ ਇੱਥੋਂ ਤੁਹਾਨੂੰ ਪਤਾ ਲੱਗ ਜਾਏਗਾ।